उस परमात्मा सावन कृपाल दे चरणा विच नमस्कार है जिन्हां ते कलयुग दे विच साडे उत्ते बड़ी पारी रहमत कीती, दया कीती, जे सानूं इह पता लग जावे कि असी रूहानियत दे अंदर कितने दिवालियापन ते आए बैठे हैं, फिर ही असी मन अंदर गुरु दा प्यार, गुरु का इशक भर सकते हैं कि सानू किस तरह उसने वो दौलत दिती जो असी खेतों में उगा नहीं सकते, किसी भी अच्छे बणज ना व्यापार ना पैसे दे जोर ते असी उसनू खरीद नहीं सकते, ये सिर्फ दया ही सी। उस परमात्मा कृपा लगे सदा ही बचपन तो मेरी अरदास रही, हालांकि मैं ਉਹਨੂੰ ਦੇਖਿਆ ਨਹੀਂ ਸੀ, ਮੈਂ ਉਹਦੀ ਮਹਿਮਾ ਨਹੀਂ ਸੁਣੀ ਸੀ, ਕੋਈ ਮੈਨੂੰ ਉਹਦੀ ਨਿੰਦਿਆ ਕਰਨ ਵਾਲਾ ਵੀ ਨਹੀਂ ਮਿਲਿਆ ਸੀਗਾ, ਪਰ ਫਿਰ ਵੀ ਸਾਨੂੰ ਪਤਾ ਹੈ ਕਿ ਇਨਸਾਨ ਸੀ ਪਿਆਰ ਹੁੰਦਾ ਹੈ, ਜਿਸ ਚੀਜ਼ ਦੀ ਖੋਜ ਹੋਵੇ, ਜਿਸ ਚੀਜ਼ ਦੀ ਭਾਲ ਹੋਵੇ, ਬਚਪਨੇ ਤੋਂ ਹੀ ਦਿਲ ਦੇ ਅੰਦਰ ਖੁੜਕਦਾ ਰਹਿੰਦਾ ਹੈ। ਸਦਾ ਐਸੇ ਸੀ ਕਿ ਹੇ ਪਰਮਾਤਮਾ, ਹੇ ਪ੍ਰਭੂ, ਕਿਰਪਾ ਕਰਨ ਵਾਲਿਆ, ਮੈਂ ਇੱਕ ਬੇਸਹਾਰਾ ਅਬੋਧ ਬਾਲਕ ਹੈ ਤੇਰਾ, ਮੈਂ ਤੇਰੇ ਦਰ ਤੇ ਤੇਰੇ ਚਰਨਾਂ ਵਿੱਚ ਪੁਕਾਰ ਕਰਦਾ ਹਾਂ, ਤੂੰ ਮੇਰੀ ਉਂਗਲੀ ਪਕੜ, ਅਗਰ ਤੂੰ ਮੈਨੂੰ ਆਪਦੇ ਦਰ ਦੇ ਉੱਤੋਂ ਠੁਕਰਾ ਦਿੱਤਾ, ਮੇਰੇ ਵਾਸਤੇ ਕਿਹੜਾ ਟਿਕਾਣਾ ਹੈ। ਮੈਂ ਸੁਣਿਆ ਹੈ ਕਿ ਤੂੰ ਦੀਨਾਂ 'ਤੇ ਦਇਆ ਕਰਦਾ ਹੈ, ਤੂੰ ਵੱਡਾ ਦਿਆਲੂ ਹੈ, ਤੂੰ ਮੇਰੇ ਜਿੰਨਾ ਹੋਰ ਦੀਨ ਕਿਹੜਾ ਹੈ, ਇਦੋਂ ਵੱਡਾ ਹੋਰ ਦੀਨ ਕੌਣ ਹੋ ਸਕਦਾ ਹੈ। ਮੈਂ ਇਹ ਵੀ ਸੁਣਿਆ ਹੈ ਕਿ ਤੂੰ ਪਾਪੀਆਂ ਦੇ ਉੱਤੇ ਰਹਿਮ ਕਰਦਾ ਹੈ, ਸਭ ਦੇ ਪਾਪ ਕੱਟਦਾ ਹੈ, ਤੂੰ ਮੇਰੇ ਜਿੰਨਾ ਇਦੋਂ ਵੱਡਾ ਹੋਰ ਪਾਪੀ ਕੌਣ ਹੋ ਸਕਦਾ ਹੈ। ਹੋ ਸਕਦਾ ਹੈ ਕਿ ਪੱਥਰ ਵੀ ਹਲਕੇ ਹੋਣ, ਜੇ ਸਾਨੂੰ ਇਹ ਗਿਆਨ ਹੋਵੇ ਕਿ ਅਸੀਂ ਜਨਮਾਂ ਜਨਮਾਂਤਰਾਂ ਦੇ ਪਤਾ ਨਹੀਂ ਕਿਤਨੇ ਕੁ ਐਬ ਕੀਤੇ ਹੈ, ਕਿਤਨੇ ਕੁ ਪਾਪ ਕੀਤੇ ਹੈ, ਤਾਂ ਫਿਰ ਸਾਨੂੰ ਪਤਾ ਲੱਗਦਾ ਹੈ। ਸਦਾ ਇਹੀ ਰਿਹਾ ਕਿ ਮੈਂ ਦੁਖੀਆਂ ਹਾਂ, ਮੈਂ ਸੁਣਿਆ ਹੈ ਕਿ ਤੂੰ ਦੁਖੀਆਂ ਦੇ ਉੱਤੇ ਦਇਆ ਕਰਦਾ ਹੈ, ਤੂੰ ਦਿਆਲੂ ਹੈ, ਮੈਂ ਇਹ ਵੀ ਸੁਣਦਾ ਹੈ ਕੋਈ ਤੈਨੂੰ ਕਹਿੰਦਾ ਹੈ ਨਿਰਗੁਣ ਕਹਿੰਦਾ ਹੈ, ਕੋਈ ਸਰਗੁਣ ਕਹਿੰਦਾ ਹੈ, ਲੇਕਿਨ ਮੈਂ ਇਹ ਸਾਰੇ ਬਖੇੜੇ ਬੇਅਰਥ ਸਮਝਦਾ ਹਾਂ। ਤੇਰਾ ਜਲਵਾ, ਤੇਰਾ ਪ੍ਰਕਾਸ਼ ਮੈਨੂੰ ਹਰ ਇੱਕ ਦੇ ਅੰਦਰ ਨਜ਼ਰ ਆਉਂਦਾ ਹੈ, ਕੋਈ ਐਸਾ ਕਣ ਨਹੀਂ, ਕੋਈ ਐਸਾ ਬਿਰਸ਼ ਨਹੀਂ, ਕੋਈ ਐਸਾ ਪੱਤਾ ਨਹੀਂ ਕਿ ਜਿਹਦੇ ਅੰਦਰ ਤੇਰਾ ਜਲਵਾ ਨਜ਼ਰ ਨਹੀਂ ਆਉਂਦਾ ਗਾ। ਤੂੰ ਮੈਨੂੰ ਆਪਦੇ ਦਰ ਤੋਂ ਫਟਕਾਰੀ ਨਾ, ਤੱਕੀ ਨਾ, ਇਸ ਗਰੀਬ ਆਤਮਾ ਵਾਸਤੇ ਹੋਰ ਕਿਹੜਾ ਟਿਕਾਣਾ ਹੈ। ਸਾਨੂੰ ਪਤਾ ਹੈ ਕਿ ਜਦ ਬੱਚਾ ਮਾਂ ਦੇ ਵਾਸਤੇ ਰੋਂਦਾ ਹੈ ਤਾਂ ਮਾਤਾ ਤੋਂ ਵੀ ਰਿਹਾ ਨਹੀਂ ਜਾਂਦਾ, ਬੇਸ਼ੱਕ ਉਹ ਕਿਤਨੇ ਵੀ ਕਾਰੋਬਾਰ ਕਿਉਂ ਨਾ ਕਰਦੀ ਹੋਵੇ, ਉਹ ਜ਼ਰੂਰ ਆ ਕੇ ਗਲੇ ਨਾਲ ਲਾਉਂਦੀ ਹੈ ਸੱਚੇ ਦਿਲੋਂ। ਅਸੀਂ ਦੁਨੀਆਂ ਦੀ ਹਿਰਸ਼ ਵਾਸਤੇ ਸਾਰੀ ਸਾਰੀ ਰਾਤ ਜਾਗਦੇ ਹਾਂ, ਕੋਈ ਘਰ 'ਚ ਬਿਮਾਰ ਹੋਵੇ ਕਿੰਨੀਆਂ ਕਿੰਨੀਆਂ ਅਰਦਾਸਾਂ ਕਰਦੇ ਹਾਂ, ਸਾਰੀ ਤਵੱਜੋ ਉਸ ਪਾਸੇ ਲਾ ਦਿੰਦੇ ਹੈ, ਲੇਕਿਨ ਆਪਦੀ ਆਤਮਾ ਦੀ ਕਲਿਆਣ ਵਾਸਤੇ ਉਸ ਪਰਮਾਤਮਾ ਗੁਰੂ ਰੂਪ ਪਰਮਾਤਮਾ ਦੇ ਵਾਸਤੇ ਮਿਲਣ ਵਾਸਤੇ ਸਾਡੇ ਨਾ ਤਾਂ ਕਦੇ ਅੱਖ 'ਚੋਂ ਪਾਣੀ ਗਿਰਿਆ ਹੈ, ਨਾ ਸਾਡੇ ਦਿਲ ਅੰਦਰ ਕਦੇ ਤੜਫ ਹੀ ਉੱਠੀ ਹੈ, ਨਾ ਸਾਨੂੰ ਇਹ ਹੀ ਪਤਾ ਹੈ ਕਿ ਉਹ ਪਰਮਾਤਮਾ ਹੈ ਜਾਂ ਉਸ ਦੇ ਨਾਲ ਕੋਈ ਮਿਲਾਉਣ ਵਾਲਾ ਕੋਈ ਵਿਚੋਲਾ ਵੀ ਹੈ, ਕੋਈ ਐਸੀ ਵੀ ਤਾਕਤ ਹੈ ਜਿਹੜੀ ਦਇਆ ਕਰਦੀ ਹੈ, ਜਿਹੜੀ ਮਿਹਰ ਕਰਦੀ ਹੈ, ਜਿਹਨੂੰ ਰਹਿਮਤ ਦਾ ਸਮੁੰਦਰ ਕਹਿੰਦੇ ਹੈ। ਕਿਸੇ ਨੇ ਉਹਨੂੰ ਗੁਰਦਾਰੀ ਕਹਿਤਾ ਕਿ ਉਹ ਗਿਰਿਆਂ ਨੂੰ ਉਠਾਉਣ ਵਾਲਾ ਹੈ, ਕਿਸੇ ਨੇ ਮੁਰਾਰੀ ਕਹਿ ਦਿੱਤਾ ਕਿ ਉਹ ਮਰੇ ਵਿੱਚ ਜੀਵਨ ਪੈਦਾ ਕਰਦਾ ਹੈ, ਕਿਸੇ ਨੇ ਉਸਨੂੰ ਕਿਰਪਾਲ ਕਹਿ ਦਿੱਤਾ ਕਿ ਉਹ ਕਿਰਪਾ ਦਾ ਸਾਗਰ ਹੈ, ਉਹ ਕਿਰਪਾ ਕਰਨ ਵਾਲਾ ਹੈ, ਕਿਸੇ ਨੇ ਉਸਨੂੰ ਸਾਵਣ ਕਹਿ ਦਿੱਤਾ ਕਿ ਜਿਵੇਂ ਸਾਵਣ ਦੇ ਵਿੱਚ ਕਾਲੀਆਂ ਘਟਾਂ ਆਉਂਦੀਆਂ ਹਨ, ਬਾਰਿਸ਼ ਹੁੰਦੀ ਹੈ ਰਹਿਮਤ ਦੀ, ਜਲ ਥਲ ਹਰੇਕ ਪਾਸੇ ਹੋ ਜਾਂਦਾ ਹੈ, ਭੁੱਖਿਆਂ ਨੂੰ ਅਨਾਜ ਮਿਲਦਾ ਹੈ, ਪਿਆਸਿਆਂ ਨੂੰ ਪਾਣੀ ਮਿਲਦਾ ਹੈ, ਇਸੇ ਤਰ੍ਹਾਂ ਉਹ ਵੀ ਜਦ ਸੰਸਾਰ ਦੇ ਅੰਦਰ ਆਉਂਦਾ ਹੈ ਕਿਸ ਤਰ੍ਹਾਂ ਉਹ ਆਪਦੇ ਨਾਮ ਦੀ ਬਾਰਿਸ਼ ਕਰਦਾ ਹੈ, ਕਿਸ ਤਰ੍ਹਾਂ ਆਪਦੇ ਨਾਮ ਦਾ ਉਹ ਸਭ ਨੂੰ ਮਹਾਤਮ ਦੱਸਦਾ ਹੈ। ਸੋ ਪਿਆਰਿਓ, ਜਦ ਅਸੀਂ ਉਹਦੀ ਯਾਦ ਵਿੱਚ ਉਹਦੀ ਤੜਫ ਦੇ ਅੰਦਰ
रोने हैं चिल्लाने हैं कि असी पापा के थले दब चुके हैं, तू आपदी मेहर कर, तैथों बगैर सानू कौन उभार दे सकता है। वो तो भी रिहा नहीं जाता बिना बुलाया, ये साडा जाति तजर्बा है, वो बिना बुलाया आ जाता है। उन्होंने आवाज तो असी तां देईए जे वो बोला होवे, उन्होंने तां असी दसीए जे उन्होंने दिसदा ना होवे। उन्होंने असी दिसदे भी हैं, वो साडी पकार नू सुनदा भी है। मैं परमात्मा सावण दी कहानी दसदा हुंदा है कि किस तरह बाबा जैमल सिंह जी 500 किलोमीटर तो ज़्यादा पैंडा सी, जदों एबटाबाद अपनी नौकरी दे उत्ते हुंदे सीगे, अपने सेवक नूं कहा जो उन्हां दा खाणा बीबी रुको तैयार करदी सी कि असी एक आत्मा वास्ते जाणा है, तैयारी कर लो। हुण तुसीं देख लो भी कितनी दूर उन्होंने पैंडा लाया कि उन्हां वास्ते कोई होर रस्ते च बंदा नहीं मिलिया, कि उन्हां दे पास होर बंदे नहीं सन। कईयां नूं उन्होंने नाम भी दिता सी उदू पहलां, लेकिन नहीं, वो संस्कारी सुरत उन्हां दे नाल ही आउंदी है जिन्हां ने उन्हां दे पिछों कोई उन्हां दे कारज नूं अगे तोरना है। तां आप ही महाराज जी कहिंदे हुंदे कि मैं सड़क ते कम कर रहा सी, आपदा सरकारी कारोबार करा रहा सी, सड़क दी देखभाल करा रहा सी, क्योंकि महाराज जी इंजीनियर सन। जद उन्हां दे पास दी लंघण लगे, बीबी रुको नूं कहण लगे कि असी इस सरदार दी खातर इत्थे आए हैं, वो कहण लगे कि थानू तो इन्हें कोई सलाम दुआ तक भी नहीं बोली, तो तुसी इतना पैंडा करके आए हो। वो कहण लगे अज तो चौथे दिन ये अपने पास सत्संग च आ जाएगा, इस बेचारे नूं की पता है कि मैं दुनिया दा सच्चा पातशाह, उस रूहानियत दे तख्त दे उत्ते बैठना है। सो महाराज सावण सिंह कहिंदे हुंदे कि वाकई मैं उस वेले तां इह सोचदा सी कोई बुढ़ा इत्थे कमिश्नर दी कचहरी विच आपदे पेंशन दे कागजां वास्ते आया होना है, लेकिन चौथे दिन मैनू किसे तो दस पई। वो कह रहे सीगे कि एक महात्मा पंजाब चो आए है, वो बड़ा अच्छा गुरबाणी की व्याख्या करते हैं। वो कहन लगे कि मैनू बचपने तो ही शौक सी साधु संता महात्मा मिलन का। मैं पहले दस्या आया सी कि ऐसी आत्मा बचपन तो ही एक खोज हुंदी है, तड़प हुंदी है, वो ये समझते हैं कि साडा कुछ गुआच गया है, असी उस नूं पाल गए। तो इस वास्ते उन्होंने जाण की तैयारी की। उत्थे एक साधु रहिंदा सीगा बदंती, क्योंकि जगन्नाथ की यात्रा उत्थों लोग शुरू करते सन। आम तौर पर लोग साधु लोग उधर नूं जाण वाले मिलते रहिंदे सन, उन्होंने हर रोज़ ही परमार्थ बारे चर्चा भी हुंदी रहिंदी सीगी। तो वो कहन लग्या देखो ये लोग नास्तक हुंदे है, बाबा जैमल सिंह बारे कहन लगे, ये सिर दे उत्ते वाजा रख देंदे है, अंदरों आवाज आउंदी है। महाराज सावण सिंह कहन लगे देख भाई मैं इंजीनियर हैं, मैं अच्छी तरह जानता हैं कि कोई ऐसा वाजा नहीं कि इंसान दे सिर दे उत्ते रख देगी, आवाज उहदी अंदरों आवे। तो कहिंदे कि जद असीं उन्हां दे सत्संग विच गए, जितने भी 22 साल दे शक शकूक सन, जिमें जिमें उन्हां दा सत्संग सुनते गए सब निकलते गए। फिर वो ये भी कहिंदे हुंदे सी कि मन जिहड़ा है ये बड़ा धोखेबाज है, मन सब कुछ समझ के अखी देख के भी सिर हिला दिंदा है। कहन लगे कि जी मैनू तुसी नाम तां दे दिओ पर राधा स्वामी ना दिओ, क्योंकि ये नवां जिहा लफ्ज़ मैनू मालूम हुंदा सी। तो उत्थे सार बचन पोथी पई सी, वो कहन लगे पहला तो पुछदे आ क्यों भी ते कोई नितनेम करदा है, कहिंदा हाँ जी मैं जपजी साहब जाप साहब पढ़दा हाँ। तो कहिंदे गुरु गोबिंद सिंह जी महाराज ने कितने एक नाम उहदे विच उचारे है, कहिंदे जी पक्का तो याद नहीं पर हो सकता है 1400-1500 नाम उचारे हों। वो कहिंदे जब उन्हां नाल तेरा कोई इतराज नहीं गा
ਤੇ ਜੇ ਅਗਰ ਸਵਾਮੀ ਜੀ ਨੇ ਆਪਣੇ ਪਿਆਰ ਵਿੱਚ ਆ ਕੇ ਇੱਕ ਰਾਧਾ ਸਵਾਮੀ ਨਾਮ ਰੱਖ ਦਿੱਤਾ, ਤੈਨੂੰ ਇਹਦੇ ਨਾਲ ਕਿਉਂ ਇਤਰਾਜ਼ ਹੈ? ਫਿਰ ਕਹਿੰਦੇ ਆ ਪੋਥੀ ਪੜ੍ਹ, ਇਹਦੇ ਵਿੱਚ ਕੀ ਲਿਖਿਆ ਹੈ? ਉੱਥੇ ਸੀ ਰਾਧਾ ਆਦਿ ਸੁਰਤ ਕਾ ਨਾਮ, ਸਵਾਮੀ ਸ਼ਬਦ ਵਸੇ ਨਿਜ ਧਾਮ, ਸੁਰਤ ਸ਼ਬਦ ਦੋਏ ਰਾਧਾ ਸਵਾਮੀ, ਦੋਨੇ ਨਾਮ ਏਕ ਕਰ ਜਾਣੇ। ਸਵਾਮੀ ਜੀ ਮਹਾਰਾਜ ਦਾ ਨਾਮ ਤਾਂ ਸ਼ੇਠ ਸ਼ਿਵਦਿਆਲ ਸਿੰਘ ਸੀਗਾ, ਉਹਨਾਂ ਧਰਮ ਪਤਨੀ ਦਾ ਨਾਮ ਮਾਤਾ ਨਾਰਾਇਣ ਦੇਵੀ ਸੀਗਾ। ਰਾਧਾ ਆਤਮਾ ਨੂੰ ਕਿਹਾ ਹੈ, ਸਵਾਮੀ ਉਸ ਪਰਮਾਤਮਾ ਨੂੰ ਕਿਹਾ ਹੈ। ਸਾਰਿਆਂ ਹੀ ਸੰਤਾਂ ਨੇ ਉਸ ਪਰਮਾਤਮਾ ਨੂੰ ਸਵਾਮੀ ਸਵਾਮੀ ਕਰਕੇ ਬਿਆਨ ਕੀਤਾ ਹੈ, ਅਤੇ ਸਵਾਮੀ ਜੀ ਮਹਾਰਾਜ ਨੇ ਉਹ ਆਤਮਾ ਦਾ ਸਵਾਮੀ ਕਰਕੇ ਬਿਆਨ ਕਰ ਦਿੱਤਾ। ਉਹ ਕਹਿਣ ਲੱਗੇ ਇਹ ਉਹਨਾਂ ਦੀ ਬੜੀ ਆਪਣੀ ਹੀ ਦਿਆ ਸੀ। ਇਸੇ ਤਰ੍ਹਾਂ ਪਰਮਾਤਮਾ ਕਿਰਪਾਲ ਬਚਪਨ ਤੋਂ ਆਪਦੀ ਖੋਜ ਵਿੱਚ ਸਨ, ਲੇਕਿਨ 7 ਸਾਲ ਉਹਨਾਂ ਦੇ ਅੱਗੇ ਪਹਿਲਾਂ ਹੀ ਉਹਨਾਂ ਦੇ ਗੁਰੂ ਦੇਵ ਅੰਦਰ ਆਉਣ ਲੱਗ ਪਏ। ਇਹ ਖੁਦ ਹੀ ਉਹ ਦੱਸਦੇ ਹੁੰਦੇ ਸਨ ਕਿ ਕਿਸ ਤਰ੍ਹਾਂ ਉਹ ਸਾਡੇ ਅੰਦਰ ਆਉਣ ਲੱਗੇ, ਅਤੇ ਕਹਿੰਦੇ ਕਿ ਸਾਨੂੰ ਦਰਿਆਵਾਂ ਦੀ ਸੈਰ ਕਰਨ ਦਾ ਬੜਾ ਸ਼ੌਕ ਸੀਗਾ। ਸਾਰੇ ਦਰਿਆਵਾਂ ਦੀ ਸੈਰ ਕੀਤੀ। ਇੱਕ ਦਿਨ ਦਿਲ 'ਚ ਖਿਆਲ ਆਇਆ ਕਿ ਬਿਆਸ ਦਰਿਆ ਨੂੰ ਵੀ ਦੇਖੀਏ। ਇੱਥੇ ਆਏ ਅਤੇ ਇੱਕ ਸਟੇਸ਼ਨ ਮਾਸਟਰ ਬਾਊ ਬੂਆ ਦਾਸ ਸੀਗੇ, ਉਹ ਅੱਛਾ ਪ੍ਰੇਮੀ ਸੀਗਾ, ਮਹਾਰਾਜ ਦਾ ਨਾਮ ਲੇਵਾ ਸੀਗਾ, ਉਹ ਅੱਛੀ ਤਰ੍ਹਾਂ ਸਮਝਦਾ ਸੀ ਮਹਾਰਾਜ ਸਾਵਣ ਸਿੰਘ ਨੂੰ। ਉਹਨੇ ਪੁੱਛਿਆ ਕਿ ਵੀ ਦਰਿਆ ਨੂੰ ਕਿਹੜਾ ਰਸਤਾ ਕੋਈ ਡੰਡੀ ਜਾਂਦੀ ਹੈ ਇੱਥੋਂ? ਉਹ ਬੜਾ ਚੱਟਦੇ ਨੇ, ਕਹਿਣ ਲੱਗਿਆ ਕਿ ਤੂੰ ਸੰਤਾਂ ਕੋਲੇ ਜਾਣਾ? ਮੈਂ ਪੁੱਛਿਆ ਵੀ ਇੱਥੇ ਸੰਤ ਵੀ ਰਹਿੰਦੇ ਆ? ਉਹ ਕਹਿੰਦੇ ਹਾਂ, ਆਓ ਜਿਹੜੀ ਜਗ੍ਹਾ ਹੈ ਸਾਹਮਣੇ ਡੇਰਾ ਹੈ ਉਹ ਉਹਨਾਂ ਸੰਤਾਂ ਦਾ ਹੀ ਹੈ। ਕਹਿਣ ਲੱਗੇ ਦਿਲ 'ਚ ਖਿਆਲ ਆਇਆ ਵੀ ਏਕ ਪੰਥ ਦੋ ਕਾਜ, ਦਰਿਆ ਦੀ ਵੀ ਸੈਰ ਹੋ ਜਾਏਗੀ ਅਤੇ ਸੰਤਾਂ ਦੇ ਵੀ ਦਰਸ਼ਨ ਹੋ ਜਾਣਗੇ। ਜਦ ਗਏ ਅੱਗੇ ਉਹ ਜੋ 7 ਸਾਲ ਦੇ ਵਿੱਚ ਅੰਦਰ ਆ ਰਿਹਾ ਸੀਗਾ, ਉਹਨਾਂ ਨੇ ਕਿਰਪਾ ਕੀਤੀ। ਉਹਨਾਂ ਨੂੰ ਪਛਾਣਨਾ ਕੀ ਮੁਸ਼ਕਲ ਹੈ ਜਿਹਨੂੰ ਤੁਸੀਂ ਰਾਤ ਨੂੰ ਦੇਖਦੇ ਹੋ? ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਇਤਨਾ ਵਕਤ ਕਿਉਂ? ਉਹ ਕਹਿੰਦੇ ਆ ਹੀ ਵਕਤ ਮੁਨਾਸਿਬ ਸੀਗਾ। ਤਾਂ ਇਸੇ ਤਰ੍ਹਾਂ ਇਹ ਗਰੀਬ ਆਤਮਾ ਜੋ ਤੁਹਾਡੇ ਅੱਗੇ ਬੈਠੀ ਹੈ, ਐਸਾ ਹੀ ਹਾਲਤ ਮਹਾਰਾਜ ਕਿਰਪਾਲ ਨੇ ਇਹਦੇ ਨਾਲ ਕੀਤੀ। ਮੈਨੂੰ ਨਾ ਨਿੰਦਿਆ ਵਾਲਾ ਮਿਲਿਆ, ਨਾ ਉਹਨਾਂ ਦੀ ਵਡਿਆਈ ਕਰਨ ਵਾਲਾ ਮਿਲਿਆ। ਇਹ ਹੁਣ ਅਸੀਂ ਖੁਦ ਸੋਚ ਕੇ ਦੇਖ ਸਕਦੇ ਹਾਂ। ਅਸੀਂ ਕਹਿ ਦਿੰਦੇ ਹਾਂ ਕਿ ਸੰਤ ਦਿਲਾਂ ਦੀਆਂ ਨਹੀਂ ਜਾਣਦੇ, ਨਹੀਂ, ਅਗਰ ਅਸੀਂ ਅੰਦਰ ਜਾਈਏ ਤਾਂ ਫਿਰ ਪਤਾ ਲੱਗਦਾ ਹੈ। ਕੋਈ ਸੇਵਕ ਮਹਾਰਾਜ ਕਿਰਪਾਲ ਨੂੰ ਮੇਰੇ ਆਸ਼ਰਮ ਦੇ ਅੰਦਰ ਮਿਲਿਆ, ਕੋਈ ਲੜਕੀ ਸੀ, ਉਹ ਕਹਿਣ ਲੱਗੀ ਕਿ ਜੀ ਤੁਸੀਂ ਜਾਣਦੇ ਤਾਂ ਸਾਰਾ ਕੁਛ ਹੋ, ਤੁਸੀਂ ਅੰਤਰਜਾਮੀ ਹੋ, ਸਭ ਕੁਛ ਹੋ। ਮਹਾਰਾਜ ਜੀ ਕਹਿਣ ਲੱਗੇ ਅੱਛਾ ਚੱਲ, ਮੈਂ ਤਾਂ ਜਾਣਦਾ ਹੋਇਆ, ਤੂੰ ਦੱਸ, ਮੈਂ ਤੇਰੇ ਮੂੰਹੋਂ ਸੁਣ ਕੇ ਹੀ ਤੇਰੀ ਗੱਲ ਦਾ ਜਵਾਬ ਦੇਊਂਗਾ, ਕਿਉਂਕਿ ਸੰਤ ਪੜਦਾ ਪੋਸ਼ ਹੁੰਦੇ ਹੈ, ਉਹ ਇਹ ਐਸੀਆਂ ਗੱਲਾਂ ਨਹੀਂ ਕਦੇ ਕਰਦੇ, ਮੋਜੇ ਨਹੀਂ ਦਿਖਾਉਂਦੇ ਗੇ। ਤੋ ਇਸ ਵਾਸਤੇ ਉਹ ਕਹਿਣ ਲੱਗੇ, ਉਹਨੇ ਆਪਦੀ ਹਾਲਤ ਦੱਸੀ, ਲੇਕਿਨ ਉਹ ਜਾਣਦੇ ਸਾਰਾ ਕੁਛ ਹੀ ਹੈ, ਆਪਣਾ ਸੇਵਕ ਭੇਜਿਆ ਕਿ ਤੂੰ ਜਾ ਉਹ ਘਰੇ ਰਹਿਣ। 500 ਕਿਲੋਮੀਟਰ ਉਹ ਵੀ ਚੱਲ ਕੇ ਆਏ, ਮੇਰਾ ਆਸ਼ਰਮ 500 ਕਿਲੋਮੀਟਰ ਹੀ ਹੈ ਦਿੱਲੀ ਤੋਂ, ਉੱਥੋਂ ਚੱਲ ਕੇ ਆਏ, ਆਪਦਾ ਸੇਵਕ ਭੇਜਿਆ ਕਿ ਉਹਨਾਂ ਨੂੰ ਕਹੋ ਘਰੇ ਰਹਿਣ। ਮੈਂ ਇੱਥੋਂ ਲਾਲਾ ਜੀ ਨੂੰ, ਅਜੀਤ ਸਿੰਘ ਹੋਰਾਂ ਨੂੰ ਸੰਦੇਸ਼ ਭੇਜਿਆ ਕਿ ਮੈਂ ਸੁਣਿਆ ਕਿ ਮਹਾਰਾਜ ਨੇ ਆਉਣਾ ਹੈ, ਆਓ ਬਈ, ਕੌਣ ਮਹਾਰਾਜ ਹੈ, ਦਰਸ਼ਨ ਕਰੀਏ। ਮੈਂ ਇਹ ਵੀ ਦੱਸਦਾ ਹੁੰਦਾ ਕਿ ਤਿਆਰੀ ਤਾਂ ਕਦੇ ਦੀ ਹੋ ਰਹੀ ਸੀ ਅੰਦਰੋਂ ਅੰਦਰੀ, ਉਹ ਖੁਦ ਹੀ ਕਰਾਉਣ ਵਾਲੇ ਸੀ। ਜਦ ਉਹ ਆਏ, ਦਰਸ਼ਨ ਹੋਏ, ਅੱਖਾਂ ਚਾਰ ਹੋਈਆਂ, ਜੋ ਬਚਪਨੇ ਦੀ ਦਿਲ ਅੰਦਰ ਗਰਮੀ ਸੀ, ਤੜਫ ਸੀ, ਤਾਂਘ ਸੀ, ਉਹ ਇਸ ਤਰ੍ਹਾਂ ਜਿਵੇਂ ਤੇਜ਼ ਆਂਧੀ ਪਿੱਛੋਂ ਬਾਰਿਸ਼ ਆਉਂਦੀ ਹੈ, ਖਮੋਸ਼ੀ ਆਸ਼ਾ ਜਾਂਦੀ ਹੈ, ਔਰ ਬੜਾ ਸੁਹਾਵਣਾ ਮੌਸਮ ਹੁੰਦਾ ਹੈ, ਉਹ ਮੇਰੀ ਆਤਮਾ ਵਾਸਤੇ ਐਸਾ ਹੀ ਮੌਸਮ ਸੀਗਾ, ਐਸਾ ਹੀ ਟਾਈਮ ਸੀਗਾ। ਇਹ ਉਹਨਾਂ ਦੀ ਖਾਸ਼ ਦਿਆ ਸੀ। ਫਿਰ ਤੁਹਾਨੂੰ ਪਤਾ ਹੀ ਹੈ ਕਿ
ਗੁਰੂ ਸਿੱਖ ਦਾ ਜੋ ਮਿਲਾਪ ਹੈ ਉਹ ਜਾਂ ਤਾਂ ਸਿੱਖ ਜਾਣਦਾ ਹੈ ਜਾਂ ਗੁਰੂ ਜਾਣਦਾ ਹੈ ਕਿ ਉਹ ਮਿਲਾਪ ਕੈਸਾ ਹੈ, ਉਹ ਕਿਸ ਤਰ੍ਹਾਂ ਹੈ। ਮੈਂ ਇਹ ਦੱਸਦਾ ਹੁੰਦਾ ਜਿੱਥੇ ਸਿੱਖ ਨੂੰ ਗੁਰੂ ਭਾਗਾਂ ਨਾਲ ਮਿਲਦਾ ਹੈ ਤਾਂ ਗੁਰੂ ਨੂੰ ਵੀ ਸ਼ਿਸ਼ ਭਾਗਾਂ ਨਾਲ ਹੀ ਮਿਲਦਾ ਹੈ। ਸ਼ਿਸ਼ ਅਸੀਂ ਸਾਰੇ ਹੁੰਦੇ ਹਾਂ, ਜ਼ਿੰਮੇਵਾਰੀ ਉਹਨੇ ਸਾਰਿਆਂ ਦੀ ਲਈ ਹੈ। ਜਿਹਨੂੰ ਨਾਮ ਦਿੱਤਾ ਹੈ ਉਹਦੀ ਉਹਨੇ ਰਖਵਾਲੀ ਵੀ ਕਰਨੀ ਹੈ, ਉਹਦੀ ਆਤਮਾ 'ਤੇ ਰਹਿਮ ਵੀ ਕਰਨਾ ਹੈ। ਲੇਕਿਨ ਬਹਾਦਰ ਕੌਣ ਹੈ ਜੋ ਉਹਨਾਂ ਦੇ ਜੀਵਨ ਕਾਲ ਵਿੱਚ ਹੀ ਪੂਰਨ ਹੋ ਜਾਏ? ਉਹਨਾਂ ਦੀ ਦਇਆ ਲੈ ਕੇ, ਮਿਹਨਤ ਕਰਕੇ, ਦੋਨੇ ਚੀਜ਼ਾਂ ਬਰਾਬਰ ਚੱਲਦੀਆਂ, ਮਿਹਨਤ ਔਰ ਗੁਰੂ ਦੀ ਦਇਆ। ਬੱਚਾ ਪੜ੍ਹੇਗਾ ਤਾਂ ਟੀਚਰ ਜ਼ਰੂਰ ਉੱਧਰ ਤਵੱਜੋ ਦੇਵੇਗਾ, ਜੇ ਬੱਚਾ ਨਹੀਂ ਪੜ੍ਹੇਗਾ ਟੀਚਰ ਕੀ ਕਰੇਗਾ? ਤਾਂ ਮੈਂ ਦੱਸਦਾ ਹੁੰਦਾ ਕਿ ਸੱਚੇ ਸ਼ਿਸ਼ ਦਾ ਗੁਰੂ ਦੇ ਪਾਸ ਜਾਣਾ ਕਿਸ ਤਰ੍ਹਾਂ ਹੈ, ਜਿਵੇਂ ਖੁਸ਼ਕ ਬਰੂਦ ਨੂੰ ਅਗਨੀ ਦੇ ਅੱਗੇ ਕਰ ਦੇਈਏ। ਇਸੇ ਤਰ੍ਹਾਂ ਗੁਰੂ ਪੂਰਾ ਹੋਵੇ, ਸ਼ਿਸ਼ ਵੀ ਪੂਰਾ ਹੋਵੇ ਤਾਂ ਫਿਰ ਟਾਈਮ ਨਹੀਂ ਲੱਗਦਾ ਗਾ। ਜੇ ਲੰਪ ਸਾਡੀ ਪਹਿਲਾਂ ਤਿਆਰ ਹੈ, ਉਹਦੇ ਵਿੱਚ ਤੇਲ ਵੀ ਹੈ, ਉਹਦੇ ਵਿੱਚ ਬੱਤੀ ਵੀ ਹੈ, ਤਾਂ ਦੀਆ ਸਲਾਈ ਵੀ ਤਿਆਰ ਹੈ। ਸਿਰਫ ਤੀਲੀ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ, ਫੌਰ ਉੱਥੇ ਪ੍ਰਕਾਸ਼ ਹੋ ਜਾਂਦਾ ਹੈ। ਜੇ ਅਜੇ ਲੰਪ ਦੇ ਪੁਰਜੇ ਠੀਕ ਨਹੀਂ, ਤੇਲ ਵੀ ਸਾਡੇ ਪਾਸ ਨਹੀਂ, ਦੀਆ ਸਲਾਈ ਵੀ ਨਹੀਂ, ਸਾਰਾ ਕੁਛ ਅਸੀਂ ਸਮਾਨ ਲਿਆਉਣਾ ਤਾਂ ਉਸ 'ਤੇ ਟਾਈਮ ਲੱਗਦਾ ਹੈ। ਸੋ ਸਾਡੀ ਵੀ ਇਹ ਹਾਲਤ ਹੁੰਦੀ ਹੈ, ਅਗਰ ਅਸੀਂ ਤਿਆਰ ਹੋਈਏ ਤਾਂ ਉਹ ਪਰਮਾਤਮਾ ਸਾਵਣ ਕਿਰਪਾਲ ਜੈਸਾ ਗੁਰੂ ਮਿਲ ਜਾਵੇ ਤਾਂ ਫਿਰ ਸੋਨੇ 'ਤੇ ਸੁਹਾਗਾ ਹੈ। ਇਸ ਵਾਸਤੇ ਜਿਹੜਾ ਅਸੀਂ ਧੰਨਵਾਦ ਉਹਦਾ ਹਰ ਰੋਜ਼ ਕਰਦੇ ਹਾਂ, ਸੱਚਾ ਧੰਨਵਾਦ ਤਾਂ ਅੰਦਰ ਜਾ ਕੇ ਹੈ। ਜੋ ਮਹਾਤਮਾ ਅੰਦਰ ਗਏ ਉਹਨਾਂ ਨੇ ਇਹ ਕਿਹਾ ਕਿ ਮੈਂ ਸਾਰੀ ਧਰਤੀ ਦਾ ਕਾਗਜ਼ ਕਰ ਲਾਂ, ਸਾਰੀ ਬਨਸਪਤੀ ਦੀ ਮੈਂ ਕਲਮ ਬਣਾ ਲਵਾਂ, ਸਾਰੇ ਸਮੁੰਦਰਾਂ ਦੀ ਸ਼ਾਹੀ ਬਣਾ ਲਵਾਂ, ਜੇ ਮੈਂ ਆਪਦੇ ਗੁਰੂ ਦੀ ਮਹਿਮਾ ਲਿਖਾਂ ਤਾਂ ਲਿਖ ਨਹੀਂ ਸਕਦਾ। ਪੂਰੇ ਸੰਤ ਨੂੰ, ਪੂਰੇ ਗੁਰੂ ਨੂੰ ਬਾਹਰੋਂ ਪਛਾਣ ਸਕਣਾ ਬੜਾ ਹੀ ਮੁਸ਼ਕਲ ਹੁੰਦਾ ਹੈ, ਕਿਉਂਕਿ ਉਹਨਾਂ ਦੇ ਕੋਈ ਬੋਰਡ ਨਹੀਂ ਲਾਇਆ ਹੁੰਦਾ ਮੱਥੇ ਦੇ ਵਿੱਚ ਵੀ ਇਹ ਪੂਰਾ ਹੈ ਜਾਂ ਇਹ ਅਧੂਰਾ ਹੈ। ਹਾਂ, ਇਹ ਜ਼ਰੂਰ ਹੈ ਸੰਸਾਰ ਦੇ ਵਿੱਚ ਜਿੱਥੇ ਪੂਰੇ ਦਾ ਜ਼ਿਕਰ ਆਉਂਦਾ ਉੱਥੇ ਅਧੂਰਾ ਵੀ ਹੈ। ਅਧੂਰਾ ਕਿਹਨੂੰ ਕਹਿੰਦੇ ਹੈ ਕਿ ਜੋ ਗੁਰੂ ਨਾਨਕ ਨੇ ਕਿਹਾ, ਚੂਹਾ ਖੱਡ ਨਾ ਮਾਵੀ ਤਿੱਕਲ ਬੱਧਾ ਛੱਜ, ਚੂਹਾ ਖੁਦ ਖੁੱਡ 'ਚ ਵੜਦਾ ਨਾ ਹੋਵੇ ਪਿੱਛੇ ਇੱਕ ਛੱਜ ਹੋਰ ਬੰਨ ਲਏ, ਆਪ ਨੂੰ ਕੁਛ ਦਿਸਦਾ ਨਾ ਹੋਵੇ, ਆਪ ਨੇ ਭਜਨ ਸਿਮਰਨ ਨਾ ਕੀਤਾ ਹੋਵੇ, ਸੰਗਤ ਦਾ ਛੱਜ ਹੋਰ ਪਿੱਛੇ ਬੰਨ ਲਵੇ। ਜੋ ਡੁਬੁੰਦੇ ਆਪ ਸੇ ਤਾਰੇ ਕਿਨਖੇ, ਤਰੰਦੜੋ ਪੀ ਤਾਰ ਨਾਨਕ ਪਿਰ ਸੇ ਵਰਤਿਆ, ਕੋਈ ਤਰਿਆ ਹੀ ਤਾਰ ਸਕਦਾ ਹੈ, ਪੜ੍ਹਿਆ ਹੀ ਪੜ੍ਹਾ ਸਕਦਾ ਹੈ। ਮਹਾਰਾਜ ਕਿਰਪਾਲ ਨੇ ਸਦਾ ਹੀ ਕਿਹਾ ਕਿ ਲਾਹੌਰ ਵਿੱਚ ਉਹ ਮਿਸਾਲ ਦਿੰਦੇ ਨੇ ਗੂੰਗੇ ਪਹਿਲਵਾਨ ਦੀ, ਕਿ ਉਹ ਸਾਰੀ ਸਾਰੀ ਰਾਤ ਕਸਰਤ ਕਰਦਾ ਸੀਗਾ ਤਦ ਉਹ ਦੁਨੀਆਂ 'ਚ ਮਸ਼ਹੂਰ ਹੋਇਆ। ਤੋ ਸਭ ਸੰਤਾਂ ਨੇ ਗੁਰੂ ਨਾਨਕ ਦੀ ਇਸ਼ਟੀ ਪੜ੍ਹੋ, 11 ਸਾਲ ਉਹਨੇ ਠਿਕਰੀਆਂ ਰੋੜਾਂ ਦੀ ਛੇਜਾ ਕੀਤੀ ਕਿ ਉਹਨਾਂ ਦੇ ਪਾਸ ਬਿਸਤਰੇ ਨਹੀਂ ਸਨ, ਲੇਕਿਨ ਇਸ ਤਰ੍ਹਾਂ ਵੀ ਠਿਕਰੀਆਂ ਰੋੜਾਂ ਦੀਆਂ ਸਾਨੂੰ ਛੇਜ ਨਹੀਂ ਬਣਾ ਲੈਣੀ ਚਾਹੀਦੀ। ਮੇਰੇ ਪਾਸ ਭਗਤ ਜੀ ਰਹਿੰਦੇ ਸਨ, ਉਹਨੂੰ ਸਾਰੇ ਜਾਣਦੇ ਹੈ, ਉਸ ਨੇ ਠਿਕਰੀਆਂ ਰੋੜ ਤਾਂ ਵਿਛਾ ਲਏ, ਉੱਤੇ ਬੋਰੀ ਵੀ ਵਿਛਾ ਦਿੱਤੀ, ਲੇਕਿਨ ਅਭਿਆਸ ਉਹਨੇ ਕਸਮ ਵੀ ਨਹੀਂ ਭੰਨੀ ਸੀ ਕਦੇ। ਉਹ ਵੀ ਦਿਖਾਵਾ ਮਾੜਾ ਹੁੰਦਾ ਹੈ। ਮੈਂ ਸਦਾ ਵਾਸਤੇ ਉਹਨੂੰ ਸਤਸੰਗ 'ਚ ਵੀ ਉਹਦੇ ਸਾਹਮਣੇ ਸ਼ਬਦ ਬੋਲਦਾ ਹੁੰਦਾ, ਲੋਕ ਡਰਾਵਣ ਕਾਰਨ ਤੈਂ ਭੇਖ ਬਣਾਇਆ, ਬਿਨ ਉਦਮ ਟੁਕੜਾ ਖਾਵਣਾ ਬਾਬਾ ਨਾਮ ਤਰਾਇਆ। ਉਹ ਗਿੱਟਿਆਂ ਤੱਕ ਚੋਲਾ ਪਾ ਕੇ ਰੱਖਦਾ ਸੀ ਪਗਵਾਂ। ਉਹ ਵੀ ਫਾਇਦਾ ਨਹੀਂ, ਉਸ ਨੂੰ ਕੀ ਕਹਿੰਦੇ, ਅਧੂਰਾ। ਤੋ ਆਪ ਕਹਿਣ ਲੱਗੇ ਜੋ ਸੰਤ ਹੈ ਪੂਰੇ ਹੈ, ਉਹ ਪਰਮਾਤਮਾ ਰੂਪ ਹੁੰਦੇ ਹੈ,
ਉਹ ਕਿਸੇ ਤੇ ਬੋਝਾ ਨਹੀਂ ਬਣਦੇਗੇ। ਉਹ ਸੰਸਾਰ ਦੇ ਅੰਦਰ ਸਦਾ ਹੀ ਆਪਣੀ ਦਸ਼ਾ ਨੁਹਾਉਣ ਦੀ ਕਿਰਤ ਕਰਨਗੇ, ਖੇਤੀ ਕਰਨ, ਮਜ਼ਦੂਰੀ ਕਰਨ। ਸੇਵਕ ਦਾ ਇਹਦੇ ਵਿੱਚ ਕੀ ਇਤਰਾਜ਼ ਹੈ? ਅਗਰ ਉਹ ਆਪਣੀ ਕਿਰਤ ਮਜ਼ਦੂਰੀ ਕਰਦਾ ਹੈ ਜਾਂ ਉਹ ਖੇਤੀ ਕਰਦਾ ਹੈ ਜਾਂ ਨੌਕਰੀ ਕਰਦਾ ਹੈ, ਲੇਕਿਨ ਸੰਗਤ ਦਾ ਪੈਸਾ ਉਹਦੇ ਵਾਸਤੇ ਇੱਕ ਜ਼ਹਿਰ ਹੁੰਦਾ ਹੈ। ਮੈਂ ਮਹਾਰਾਜ ਸਾਵਣ ਦੀ ਮਿਸਾਲ ਦਿੰਦਾ ਰਿਹਾ ਕਿ ਉਹਨਾਂ ਨੇ ਲੰਗਰ ਦਾ ਸੌਂਫ ਤੱਕ ਵੀ ਰਾਤ ਨੂੰ ਪੇਟ ਦੁਖਦਾ ਸੀ, ਖਾਧੀ ਨਹੀਂ ਸੀ। ਉਹ ਕਹਿੰਦੇ ਕਿ ਤੁਹਾਡੇ ਵਾਸਤੇ ਤਾਂ ਅੰਮ੍ਰਿਤ ਹੈ, ਲੇਕਿਨ ਮੇਰੇ ਵਾਸਤੇ ਜ਼ਹਿਰ ਹੈ। ਉਹ ਸਿੱਖਾਂ ਵਾਸਤੇ ਲੰਗਰ ਹੁੰਦਾ ਹੈ, ਇਸ ਵਾਸਤੇ ਉਹ ਕਿਸੇ 'ਤੇ ਬੋਝਾ ਨਹੀਂ ਬਣਦਾ ਗਾ। ਉਹ ਨਿਮਰਤਾ ਦਾ ਪੁੰਜ ਹੁੰਦਾ ਹੈ, ਉਹ ਕਿਸੇ ਦਾ ਦੁੱਖ ਦੇਖ ਕੇ ਸਹਾਰ ਨਹੀਂ ਸਕਦਾ ਗਾ। ਉਹ ਮਿੱਠ ਬੋਲੜਾ ਹੁੰਦਾ ਹੈ, ਉਹ ਸਦਾ ਦਇਆ ਕਰਨ ਜਾਣਦਾ ਹੈ। ਉਹਦੇ ਬਚਨ ਮੱਲੋ ਮੱਲੀ ਸਾਡੇ ਦਿਲ ਦੇ ਵਿੱਚ ਘਰ ਕਰਦੇ ਜਾਂਦੇ ਹੈ। ਔਰ ਉਹ ਪੂਰਨ ਹੋ ਚੁੱਕਿਆ ਹੁੰਦਾ ਹੈ, ਪੂਰਨ ਦੇ ਨਾਲ ਲੱਗ ਕੇ, ਪੂਰਨ ਉਹ ਪਰਮਾਤਮਾ ਹੈ, ਉਹਦਾ ਗੁਰੂ ਹੈ ਜਿਸਨੇ ਉਸਨੂੰ ਪੂਰਨ ਬਣਾਇਆ ਹੁੰਦਾ ਹੈ। ਉਹ ਹਉਮੈ ਹੰਕਾਰ ਦੇ ਵਿੱਚ ਨਹੀਂ ਆਉਂਦਾ ਗਾ, ਹਉਮੈ ਤੋਂ ਉੱਪਰ ਉੱਠਿਆ ਹੁੰਦਾ ਹੈ। ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ ਗਾ, ਉਹ ਕੋਈ ਹੰਕਾਰ ਨਹੀਂ ਕਰਦਾ ਗਾ, ਦੁਨੀਆਂ ਦੇ ਵਿੱਚ ਵੱਡਾ ਬਣ ਕੇ ਨਹੀਂ ਦਿਖਾਉਂਦਾ ਗਾ। ਸੱਚਾਈ ਤਾਂ ਇਹ ਹੈ ਕਿ ਉਹ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ ਹੈ। ਉਹ ਕਹਿੰਦਾ ਦੇਖੋ ਪਿਆਰਿਓ, ਮੈਥੋਂ ਸਾਰੇ ਹੀ ਚੰਗੇ ਹੈ, ਅਗਰ ਕੋਈ ਨੀਵਾਂ ਹੈ ਛੋਟਾ ਹੈ ਤਾਂ ਮੈਂ ਹੀ ਹੈ। ਤੋ ਕਹਿਣ ਦਾ ਭਾਵ ਮੇਰਾ ਇਤਨਾ ਹੀ ਹੈ ਕਿ ਉਸ ਦਿਆਲੂ ਪਰਮਾਤਮਾ ਕਿਰਪਾਲ ਨੇ ਇਸ ਗਰੀਬ ਆਤਮਾ ਦੀ ਪੁਕਾਰ ਸੁਣੀ, ਆਪਣਾ ਘਰ ਛੱਡਿਆ, ਆਪਣਾ ਦੇਸ਼ ਛੱਡਿਆ, ਆਪਣਾ ਪੇਚ ਛੱਡਿਆ। ਮੈਂ ਇੱਕ ਸ਼ਬਦ ਦੇ ਵਿੱਚ ਲਿਖਿਆ ਵੀ ਹੈ, ਕੂਕ ਸੁਣੀ ਜਦ ਜੈਵ ਦੀ ਗਈ ਕਲੇ ਜਾ ਚੀਰ, ਆਸਣ ਛੋੜ ਸਤਸੰਗ ਦਾ ਆਇਆ ਕਿਰਪਾਲ ਅਖੀਰ। ਅਗਰ ਸੇਵਕ ਦੇ ਦਿਲ ਅੰਦਰ ਸੱਚੀ ਪੁਕਾਰ ਹੈ, ਸੱਚੀ ਤੜਫ ਹੈ, ਕੋਈ ਤਾਕਤ ਨਹੀਂ ਕਿ ਉਸ ਗੁਰੂ ਨੂੰ ਰੋਕ ਸਕੇ, ਕੋਈ ਐਸੀ ਦੀਵਾਰ ਨਹੀਂ, ਕੋਈ ਐਸੀ ਦੂਰੀ ਨਹੀਂ ਕਿ ਜਿਹੜੀ ਉਸ ਨੂੰ ਰੋਕ ਸਕੇ। ਜਦ ਮੈਂ ਪਹਿਲੇ ਟੂਰ 'ਤੇ ਗਿਆ ਉਸ ਟਾਈਮ ਅਮਰੀਕਾ ਦੇ ਅੰਦਰ, ਮੈਂ ਬੜੇ ਪਿਆਰ ਨਾਲ ਦੱਸਿਆ ਕਿ ਮੈਂ ਆਪਣਾ ਕੋਈ ਮਿਸ਼ਨ ਲੈ ਕੇ ਨਹੀਂ ਆਇਆ, ਨਾ ਮੇਰਾ ਕੋਈ ਮਿਸ਼ਨ ਹੈ ਹੀ, ਮਿਸ਼ਨ ਹੈ ਉਹ ਸਾਵਣ ਕਿਰਪਾਲ ਦਾ ਹੈ। ਮੈਂ ਤੁਹਾਡੇ ਪਾਸ ਉਹਦਾ ਸੰਦੇਸ਼ ਲੈ ਕੇ ਆਇਆ, ਮੈਂ ਸੰਦੇਸ਼ 'ਚ ਹੀ ਹੈ। ਸਿਰਫ ਮੈਂ ਇੰਨਾ ਹੀ ਦੱਸਣਾ ਚਾਹੁੰਦਾ ਕਿ ਉਹ ਗੁਰੂ ਦੇ ਪਰਮਾਤਮਾ ਕਿਰਪਾਲ ਕੀ ਸੀ, ਉਹ ਕੀ ਦੇਣਾ ਚਾਹੁੰਦਾ ਸੀਗਾ, ਕਿਵੇਂ ਉਹਨੇ ਦੋਨਾਂ ਹੱਥਾਂ ਨਾਲ 25 ਸਾਲ ਦਾਤ ਲੁਟਾਈ। ਉਹਨੇ ਕਿਹਾ ਦੇਣੇ ਵਾਲੇ ਦਾ ਕਸੂਰ ਨਹੀਂ, ਮਸਲਾ ਲੈਣ ਵਾਲੇ ਦਾ ਹੈ। ਅਸੀਂ ਕੀ ਮੰਗਦੇ ਹਾਂ? ਕੋਈ ਕਹਿੰਦਾ ਮੈਂ ਮੇਰਾ ਬਿਮਾਰੀ ਦੂਰ ਹੋਵੇ, ਕੋਈ ਕਹਿੰਦਾ ਬੇਰੁਜ਼ਗਾਰੀ ਦੂਰ ਹੋਵੇ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ ਹੈ, ਲੇਕਿਨ ਰੱਬ ਤੋਂ ਰੱਬ ਮੰਗਣ ਵਾਲਾ, ਗੁਰੂ ਤੋਂ ਗੁਰੂ ਮੰਗਣ ਵਾਲਾ ਕੋਈ ਬਿਰਲਾ ਭਾਗ ਵਾਲਾ ਹੋਏਗਾ। ਮੈਂ ਸਦਾ ਹੀ ਉਸ ਦੇ ਅੱਗੇ ਖੜ ਕੇ, ਇਹ ਮੇਰੀ ਪਹਿਲੀ ਮੁਲਾਕਾਤ ਸੀ ਜਦੋਂ ਕਿਹਾ ਕਿ ਸੱਚੇ ਪਾਤਸ਼ਾਹ ਮੇਰਾ ਬਚਪਨੇ ਤੋਂ ਦਿਲ ਦਿਮਾਗ ਖਾਲੀ ਹੈ, ਮੈਂ ਨਹੀਂ ਕਹਿ ਸਕਦਾ ਕਿ ਮੈਂ ਤੇਰੇ ਤੋਂ ਕੀ ਮੰਗਾਂ ਜਾਂ ਤੈਨੂੰ ਕੀ ਕਵਾਂ। ਉਹ ਦਿਆਲੂ ਗੁਰੂ ਨੇ ਹੱਸ ਕੇ ਇਹੀ ਕਿਹਾ ਕਿ ਮੇਰੇ ਪਾਸ ਬੜੇ ਹੀ ਦਿਮਾਗੀ ਪਹਿਲਵਾਨ ਹੈ, ਦਿਮਾਗੀ ਕੁਸ਼ਤੀ ਕਰਨ ਵਾਲੇ ਬਹੁਤ ਹੈ, ਮੈਂ ਸਿਰਫ ਖਾਲੀ ਜਗ੍ਹਾ ਦੇਖ ਕੇ ਆਇਆ। ਉਹ ਖਾਲੀ ਜਗ੍ਹਾ ਪਹਾੜਦੇ ਫਿਰਦੇ ਹੈ, ਫਿਰ ਕਹਿੰਦੇ ਸੀ ਕੋਈ ਇਨਸਾਨ ਬਣੇ, ਭਗਵਾਨ ਉਹਦੀ ਤਲਾਸ਼ ਵਿੱਚ ਹੈ। ਮੈਂ ਆਹ ਹੀ ਬਾਹਰ ਸੰਸਾਰ ਵਿੱਚ ਦੱਸਣ ਵਾਸਤੇ ਗਿਆ ਸੀਗਾ। ਮੈਂ ਹੁਣ ਵੀ ਜੇ ਸੰਸਾਰ ਦੇ ਵਿੱਚ ਜਾਣਾ ਤਾਂ ਮੇਰਾ ਇਹੋ ਹੀ ਸੰਦੇਸ਼ ਹੈ, ਮੈਂ ਇਸ ਨੂੰ ਹੀ ਵਾਰ ਵਾਰ ਦੁਹਰਾਉਣਾ ਹੈ ਕਿ ਉਹ ਪਰਮਾਤਮਾ ਕਿਰਪਾਲ ਦਾ ਜੋ ਦਰਬਾਰ ਹੈ ਉਹ ਸਦਾ ਖੁੱਲ੍ਹਾ ਹੈ, ਉਹ ਅੱਜ ਵੀ ਓਨੀ ਦਇਆ ਕਰਦਾ ਹੈ ਜਿੰਨੀ ਕਿ ਕਿਸੇ ਵਕਤ ਉਹ ਦੇਹ ਵਿੱਚ ਆ ਕੇ ਕਰਦਾ ਸੀਗਾ। ਮਸਲਾ ਹੈ ਕਿ ਅਸੀਂ ਉਹਦੀ ਦਇਆ ਦੇ ਕਿੰਨੇ ਕੁ ਪਾਤਰ ਹੈਂ, ਅਸੀਂ ਕਿੰਨਾ ਕੁ ਬਰਤਨ ਬਣਾ ਲਿਆ ਹੈ। ਬੁੱਲੇ ਸ਼ਾਹ ਨੇ ਕਿਹਾ ਕਿ ਉਹ ਪ੍ਰਭ ਸਾਡਾ ਸਖੀ ਹੈ, ਅਸੀਂ ਸੇਵਾ ਕਰਨੀ ਅਸੂਮ,
वो सखी है देने वाला, असी सेवा की भजन सिमरन की तरफों सूम होए बैठे हैं, कंजूस होए बैठे हैं। हजार बहाना मन घटदा है जे अभ्यास बैठना है तां। सो इस वास्ते आप प्यार ना कहिंदे है कि ऐसे महात्मा संसार दे विच सदा आउंदे है, उन्हां बगैर संसार कदे खाली नहीं रहिंदा गा। लेकिन असी उन्हां नूं उदों ही परख सकते हैं जदों साडे अंदर विवेक बुद्धि पैदा हुंदी है। जिस तरह हंस की चुंज के अंदर ये तशीर हुंदी है, उहदी बनावट ही ऐसी हुंदी है कि दुध और पानी नूं अलग अलग कर लैंदा है। इस तरह ऐसी आत्मा के अंदर भी ऐसी कुसवट्टी हुंदी है कि वह सच्चे झूठे की फौरन परख कर लैंदा है। मैं ये भी दसदा है कि जब ऐसा शिष्य किसी पखंडी गुरु के कोले जा वड़दा है तो वह दूरों भजदा है कि हुण ये आ गया है। पूरे शिष्य के अगे पूरा गुरु ही टिकेगा। ये गल्लां दा मजबून नहीं, ये करनी दा मजबून है, देखण दा मजबून है। लेकिन साढ़े उत्ते प्रभाव की पैंदा, कबीर साहब ने कहा सीगा, फुट्टी अख बबेक बबेक की लिखे न संत असंत। साढ़े अंदरों बबेक बुद्धि नहीं, जिस वास्ते सानू संत और असंत दा ज्ञान नहीं गा। जा के संग दस बीस है ता का नाम महंत। अज जमाना है जिदे पासी काफ़ी लोग इकट्ठे है, उन्होंने असी कहने ये पूरा है नहीं। महाराज सावन सिंह ने ऐसिया कहानियां सानू बचपने दे विच बहुत सारिया सुनाइया कि इकट्ठ का यह सबूत नहीं कि पूरा संत है। फिर वो कहिंदे हुंदे हरिद्वार दे विच कोई महात्मा नहीं, इकट्ठ उत्थे कितना हुंदा है। वो कहिंदे ये ना देखो कि ओ स्कूल दे अंदर बच्चे ज्यादा पढ़ते हैं, नहीं ये देखो कि किस स्कूल अंदर बच्चे पास ज्यादा हुंदे हैं। सो इस वास्ते वो कहिंदे हुंदे सी जे ज्यादा किसी कोई सत्संगी है तो किसी नूं ज्यादा कोई शांति नहीं आएगी। फिर वो कहिंदे जे ये सोचिए कि सारे सिख हो जाण तो फिर शांति आ जाएगी, या सारे मुसलमान हो जाण तो फिर कड़ा शांति आ जाएगी। शांति तो नाम विच है, भजन सिमरन दे विच है। सो इस वास्ते असी गौर नाल सुनना छोटा जिहा शब्द गुरु नानक देव जी महाराज का, सुनो। सोरठ महला पहला पन्ना 598। जिस जल निद कारण तुम जाग आए, सो अमरत गुर पाही जियो। जिस जल निद कारण तुम जाग आए, सो अमरत गुर पाही जियो। हुण असी इस वस्तु नूं जिस नूं किसे जगह गुरु नानक ने अमृत कहा है, किते अकथ कथा कहा है, किसे महात्मा ने इस नूं जिंदगी दा पाणी करके भी बयान किया है, मुसलमान इस नूं आबे हयात कह के भी बयान करदे है, इहदी पहाड़ विच दुनिया ने कोई कसर नहीं छड्डीगी। मैं अपनी जिंदगी दे अंदर भी भगवे भी पाए, धूणियां भी तपाइया, ना मैनू मसीत ना किरना रही मेरी जिंदगी च, ना शिवाले नाल, ना मैनू किसी मंदिर ना गुरद्वारे ना। मैं ये भी सदा दसदा रहा कि मैं जिथे जिथे गया जिहदे कोले अगर कुछ सी उसने मैथे लुकाउण की कोशिश नहीं की, क्योंकि मैं सच्चे दिलों जाके उहदे अगे बेनती करदा सीगा। जे किसी को कुछ नहीं तो उन्हें यह भी कहा कि भई मेरे पास ये चीज़ नहीं। मैं सदा ही दसदा हुंदा कि मैं कदे किसी की आलोचना नहीं की, ये मेरे विच खास सी। तो इस वास्ते कादे वास्ते सी, सिर्फ इस अमृत की बूंद की खातर लोग कन्न पड़ा लेंदे। मैं दसदा हुंदा
ਉਹਦੇ ਦਰਸ਼ਨ ਦੀ ਖਾਤਰ, ਇਸ ਬੂੰਦ ਦੀ ਖਾਤਰ ਲੱਖਾਂ ਲੋਕ ਫਕੀਰ ਹੋ ਜਾਂਦੇ ਆ, ਘਰ ਬਾਰ ਛੱਡ ਕੇ ਜੰਗਲਾਂ 'ਚ ਡੇਰੇ ਲਾ ਲੈਂਦੇ ਆ, ਸੁੱਕ ਕੇ ਅੰਨ ਘਟਾ ਲੈਂਦੇ ਆ, ਮੂੰਹ ਦਾ ਸਵਾਦ ਖਰਾਬ ਕਰ ਲੈਂਦੇ ਆ, ਹਰੜ ਦੀ ਤਰ੍ਹਾਂ ਹੋ ਜਾਂਦੇ ਆ। ਲੇਕਿਨ ਬਾਹਰੋਂ ਇਹ ਚੀਜ਼ ਕਿਸੇ ਨੂੰ ਮਿਲਦੀ ਨਹੀਂ, ਇਹ ਉੱਥੋਂ ਹੀ ਮਿਲਦੀ ਹੈ ਕਿ ਜਿਹਦੇ ਇਹ ਪਾਸ ਹੈ। ਲੋਕ ਕੰਨ ਪੜਾ ਲੈਂਦੇ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਤੁਹਾਨੂੰ ਜਿਸ ਅੰਮ੍ਰਿਤ ਦੀ ਬੂੰਦ ਦੀ ਖੋਜ ਹੈ, ਜਿਹਦੇ ਨਾਲ ਤੁਹਾਡੀ ਆਤਮਾ ਨੂੰ ਸ਼ਾਂਤੀ ਆਏਗੀ, ਅਮਰ ਹੋਏਗੀ। ਅੰਮ੍ਰਿਤ ਉਸ ਚੀਜ਼ ਨੂੰ ਕਿਹਾ ਹੈ ਜਿਹਨੂੰ ਪੀ ਕੇ ਅਮਰ ਹੋ ਜਾਈਏ। ਉਸ ਦੀ ਗੁਰੂ ਨਾਨਕ ਨੇ ਮਹਿਮਾ ਕਰੀ ਹੈ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਮਨ ਸੁੱਕਾ ਹਰਿਆ ਹੋਏ ਰਾਮ। ਜਨਮਾਂ ਜਨਮਾਂਤਰਾਂ ਦੇ ਅੰਦਰ ਸਾਡਾ ਮਨ ਵਿਸ਼ੇ ਵਿਕਾਰਾਂ ਦੇ ਨਾਲ ਖੁਸ਼ਕ ਹੋ ਗਿਆ, ਸੁੱਕ ਗਿਆ। ਜਦ ਤੱਕ ਇਹਨੂੰ ਨਾਮ ਦਾ ਅੰਮ੍ਰਿਤ ਨਹੀਂ ਮਿਲਦਾ, ਇਹ ਉਸੇ ਹਾਲਤ ਵਿੱਚ ਨਹੀਂ ਹੋ ਸਕਦਾ ਗਾ। ਤਾਂ ਸਤਿਗੁਰੂ ਖੁਦ ਵੀ ਨਾਮ ਦਾ ਰਸ ਪੀਂਦਾ ਹੈ, ਉਹ ਵਿਸ਼ੇ ਵਿਕਾਰਾਂ ਦਾ ਰਸ ਨਹੀਂ ਪੀਂਦਾ ਗਾ। ਜਿਸ ਤਰ੍ਹਾਂ ਹੰਸ ਪਾਣੀ ਨਹੀਂ ਪੀਂਦਾ, ਉਹ ਦੁੱਧ ਪੀਂਦਾ ਹੈ, ਉਹ ਵੀ ਨਾਮ ਦਾ ਰਸ ਪੀਂਦਾ ਹੈ, ਵਿਸ਼ੇ ਵਿਕਾਰਾਂ ਦੇ ਰਸ ਤੋਂ ਉੱਪਰ ਹੁੰਦਾ ਹੈ। ਸੋ ਇਸ ਵਾਸਤੇ ਆਪ ਕਹਿੰਦੇ ਆ ਕਿ ਜਿਸ ਚੀਜ਼ ਦੀ ਤੁਹਾਨੂੰ ਖੋਜ ਹੈ, ਉਹ ਨਾ ਤੁਹਾਨੂੰ ਜੰਗਲਾਂ 'ਚੋਂ ਮਿਲਣਾ, ਨਾ ਪਹਾੜਾਂ 'ਚੋਂ ਮਿਲਣਾ ਹੈ, ਨਾ ਕੋਈ ਖਾਸ ਕਿਸਮ ਦਾ ਭੇਸ ਧਾਰਨਾ ਮਿਲਣਾ ਹੈ। ਉਹ ਕਿਸੇ ਪੂਰੇ ਮਹਾਤਮਾ ਕੋਲ ਜਾਓ, ਉਹ ਤੁਹਾਨੂੰ ਦੱਸੇਗਾ ਕਿ ਕਿਸ ਤਰ੍ਹਾਂ ਤੁਹਾਡੇ ਅੰਦਰ ਉਹ ਅੰਮ੍ਰਿਤ ਹੈ। ਸਾਡੇ ਸਰੀਰ ਦੀਆਂ ਦੋ ਮੰਜ਼ਲਾਂ ਹਨ, ਇੱਕ ਅੱਖਾਂ ਤੋਂ ਨੀਚੇ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਨੀਚੇ ਵਾਲੇ ਭਾਗ ਦੇ ਕਹਿੰਦੇ ਕਿ ਨੌ ਦਰਵਾਜ਼ੇ ਹੈ, ਨੌ ਸੁਰਾਖ ਹੈ, ਦੋ ਅੱਖਾਂ ਦੇ ਸੁਰਾਖ ਹੈ, ਦੋ ਕੰਨ ਦੇ ਸੁਰਾਖ ਹੈ, ਮੂੰਹ ਦੇ ਸੁਰਾਖ ਹੈ, ਨੱਕ ਦੇ ਦੋ ਸੁਰਾਖ ਹੈ, ਹੇਠ ਦੋ ਇੰਦਰੀਆਂ ਦੇ ਸੁਰਾਖ ਹੈ। ਇਹਨਾਂ ਵਿੱਚ ਜਿੰਨੇ ਵੀ ਰਸ ਹੈ ਇਹ ਸਾਰੇ ਫਿੱਕੇ ਹੈ, ਔਰ ਜਿੱਥੋਂ ਅੰਮ੍ਰਿਤ ਮਿਲਣਾ ਉਹ ਸਾਡੀਆਂ ਅੱਖਾਂ ਤੋਂ ਉੱਪਰ ਹੈ ਰਸ ਦਾ ਭਰਿਆ। ਤਾਂ ਕਹਿੰਦੇ ਨੌ ਦੁਆਰੇ ਸਿਮਰਨ ਦੇ ਜ਼ਰੀਏ ਖਾਲੀ ਕਰੋ, ਅੱਖਾਂ ਦੇ ਪਿੱਛੇ ਤੀਸਰੇ ਤਿਲ ਦੇ ਉੱਤੇ ਆਓ ਜਿੱਥੇ ਕੋਈ ਅੰਮ੍ਰਿਤ ਵਰਸ ਰਿਹਾ ਹੈ। ਨੌ ਦਰ ਤਾਵਤ ਨਵੇਂ ਦਰ ਫੀਕੇ ਤੇ ਫਿੱਕੇ ਹੈ ਰਸ ਅੰਮ੍ਰਿਤ ਦਸਵੇਂ ਚੀਜੇ, ਉਹ ਰਸ ਦਾ ਭਰਿਆ ਅੰਮ੍ਰਿਤ ਜਿਹੜਾ ਹੈ ਉਹ ਆਪਣੀ ਆਤਮਾ ਤੋਂ ਪਹਿਲਾਂ ਅਸਥੂਲ ਸੂਕਸ਼ਮ ਕਾਰਨ ਤਿੰਨੇ ਪੜਦੇ ਲਓ। ਫਿਰ ਮੈਂ ਦੱਸਦਾ ਵੀ ਹੁੰਦਾ ਹੈ ਕਿ ਪਿਆਰੇ ਉਹ ਅੰਮ੍ਰਿਤ ਸਿਰਫ ਅੱਖਾਂ 'ਚ ਛਿੱਟੇ ਮਾਰਨ ਯੋਗ ਰਹੇ ਨਹੀਂ ਗਾ, ਬਲਕਿ ਜਿਹੜੇ ਮਹਾਤਮਾ ਅੰਦਰ ਜਾਂਦੇ ਆ, ਗੁਰੂ ਨਾਨਕ ਕਹਿੰਦਾ ਹੈ ਅੰਦਰ ਖੂੰਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਨਹਾਰੀ, ਤੁਹਾਡੇ ਅੰਦਰ ਤਾਂ ਅੰਮ੍ਰਿਤ ਦਾ ਖੂਹ ਲੱਗਿਆ ਹੋਇਆ ਹੈ, ਲੇਕਿਨ ਸ਼ਬਦ ਨਾਮ ਦੀ ਕਮਾਈ ਨਹੀਂ ਪੀ ਸਕਦੇ। ਖੁਦ ਵੀ ਪੀ ਸਕਦੇ ਹੋ, ਹੋਰਾਂ ਨੂੰ ਵੀ ਪਿਆ ਸਕਦੇ ਹੋ। ਆਪ ਤਰੇ ਜਨ ਸਗਲੇ ਕੁਲ ਤਾਰੇ, ਆਪ ਤਰ ਜਾਂਦਾ ਹੈ ਹੋਰਾਂ ਨੂੰ ਵੀ ਤਾਰ ਜਾਂਦਾ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਲੇਕਿਨ ਉਹ ਪਹਿਲਾਂ ਜਿਹੜਾ ਸਾਡਾ ਅੰਮ੍ਰਿਤ ਹੈ ਉਹ ਵਿਸ਼ੇ ਵਿਕਾਰ ਇੰਦਰੀਆਂ ਦੇ ਭੋਗਾਂ ਵਿੱਚ ਸਾਡਾ ਖਰਚ ਹੋ ਰਿਹਾ ਹੈ। ਤੋ ਕਹਿੰਦੇ ਉਹ ਭਰਿਆ ਅੰਮ੍ਰਿਤ ਦਾ ਰਸ, ਸੰਤ ਕਹਿੰਦੇ ਉੱਪਰ ਜਾ ਕੇ ਭਾਈ ਤੈਨੂੰ ਮਿਲੇਗਾ। ਤੇ ਇਸ ਵਾਸਤੇ ਆਪ ਅੱਗੇ ਦੱਸਦੇ ਆ ਕਿ ਕਿਹੜੇ ਕਿਹੜੇ ਕਰਮ ਛੱਡੇਗਾ ਤਾਂ ਮਾਲਕ ਅੰਦਰ ਬੂਹਾ ਖੋਲੇਗਾ। ਹਾਂ ਬਾਈ, ਜਿਸ ਜਲ ਨਿਧ ਕਾਰਨ ਤੁਮ ਜਾਗੇ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਕਰਮਾਂ ਦਾ ਜ਼ਿਕਰ ਕਰਦੇ ਹੈ ਕਿ ਜਿਹੜੇ ਅਸੀਂ ਆਮ ਤੌਰ ਦੇ ਉੱਤੇ ਲੋਕ ਕਰਮ ਕਮਾਉਂਦੇ ਹੈ,
ਮੈਂ ਉੱਪਰ ਵੀ ਦੱਸਿਆ ਸੀ, ਕੰਨ ਪੜਾਉਣੇ ਆ, ਪਗਵੇਂ ਕੱਪੜੇ ਪਾਉਣੇ ਆ, ਕਿਸੇ ਖਾਸ ਸਮਾਜ ਦੇ ਵਿੱਚ ਦਾਖਲ ਹੁੰਦੇ ਆ, ਇਸ ਕਾਹਦੇ ਵਾਸਤੇ ਵੀ ਸਾਨੂੰ ਉਹ ਅੰਮ੍ਰਿਤ ਮਿਲ ਜਾਵੇ। ਚਿਤਰਾਈਆਂ ਕਰਦੇ ਹੈ ਆਪਣੇ ਕੰਮ ਦੀ ਸਾਡਾ ਨਿਕਲਿਆ ਵੇ, ਠੱਗੀਆਂ ਮਾਰਦੇ ਹਾਂ, ਕੀ ਨਹੀਂ ਕਰਦੇ ਗੇ। ਤੋਂ ਕਹਿਣ ਲੱਗੇ ਇਹਨਾਂ ਚੀਜ਼ਾਂ ਨੂੰ ਛੱਡੋ, ਛੋਡੋ ਭੇਖ ਵੇਸ਼ ਚਿਤਰਾਈ। ਇਹ ਬਾਹਰਲਾ ਜਿਤਨਾ ਵੀ ਭੇਖ ਹੈ, ਭੇਖ ਧਾਰਨ ਦੇ ਨਾਲ ਅਗਰ ਪਰਮਾਤਮਾ ਮਿਲਦਾ ਹੋਵੇ ਤਾਂ ਬੈਰੂਪੀਏ ਜਿਹੜੇ ਹੈਗੇ ਆ ਉਹ ਪਰਮਾਤਮਾ ਨੂੰ ਫਸਾ ਲੈਣ। ਅਗਰ ਪਾਣੀ ਦੇ ਵਿੱਚ ਨਹਾਉਣ ਨਾਲ ਮਿਲਦਾ ਹੋਵੇ ਤਾਂ ਡੱਡੂ ਮੱਛੀਆਂ ਨੂੰ ਬੁਲਾ ਲੈਣ। ਤੋ ਆਪ ਕਹਿਣ ਲੱਗੇ ਛੋਡੋ ਵੇਖ ਭੇਸ ਚਿਤਰਾਈ। ਅਗਰ ਉਹ ਚਿਤਰਾ ਨੂੰ ਮਿਲਦਾ ਹੁੰਦਾ ਤੇ ਭੋਲੇ ਲੋਕ ਵਿਚਾਰੇ ਰਹਿ ਜਾਂਦੇ ਹੈ। ਤੋ ਆ ਪਿਆਰ ਨਾਲ ਕਹਿੰਦੇ ਆ ਇਹਨਾਂ ਨੂੰ ਛੱਡ ਦਿਓ। ਤੀਸਰੀ ਗੱਲ ਕਿਹੜੀ ਹੈ? ਦੁਬਧਾ ਨੂੰ ਛੱਡ ਦਿਓ। ਦੁਬਧਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਦੋ ਘੋੜਿਆਂ ਤੇ ਚੜ ਕੇ ਕਦੇ ਵੀ ਕੋਈ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਗਾ। ਪਹਿਲਾਂ ਜਿਤਨੀ ਮਰਜ਼ੀ ਖੋਜ ਕਰੋ, ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਕਰੋ, ਲੇਕਿਨ ਜਦ ਸ਼ਰਨ ਲੈ ਲਈ ਹੈ ਸਾਰੀ ਦੁਨੀਆ ਇੱਕ ਪਾਸੇ ਹੋ ਜਾਵੇ ਫਿਰ ਦੁਬਧਾ ਨਾ ਲਿਆਓ। ਤੇ ਦੁਬਧਾ ਇਹ ਫਲ ਨਾ ਹੀ ਜੀਓ। ਗੁਰੂ ਸਾਹਿਬ ਕਹਿੰਦੇ ਅਗਰ ਤੁਸੀਂ ਦੁਬਧਾ ਦੇ ਵਿੱਚ ਹੋ ਇਹ ਤੁਹਾਨੂੰ ਨਾਮ ਦਾ ਫਲ, ਨਾਮ ਦਾ ਮੇਵਾ ਜੋ ਗੁਰੂ ਨੇ ਦੱਸਿਆ ਉਹ ਮਿਲੇਗਾ ਨਹੀਂ ਜੀ। ਛੋਡੋ ਇਸ ਭੇਖ ਚਤੁਰਾਈ, ਦੁਬਧਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰੋ ਮਤ ਕਤ ਜਾਹੀ ਜੀਓ, ਮਨ ਰੇ ਥਿਰ ਰੋ ਮਤ ਕਤ ਜਾਹੀ ਜੀਓ। ਜਿਹੜਾ ਮਨ ਪਹਿਲਾਂ ਵਿਸ਼ੇ ਵਿਕਾਰਾਂ ਦੇ ਅੰਦਰ ਹਿਰਨ ਦੀ ਤਰ੍ਹਾਂ ਭਟਕਦਾ ਫਿਰਦਾ ਸੀ, ਜਦੋਂ ਸਿਮਰਨ ਦੇ ਜ਼ਰੀਏ ਅਸੀਂ ਤੀਸਰੇ ਤਿਲ ਤੇ ਇਸ ਨੂੰ ਲੈ ਜਾਂਦੇ ਹੈ, ਉਸ ਤੋਂ ਵੀ ਉੱਪਰ ਅਸਥੂਲ ਸੂਕਸ਼ਮ ਦੇ ਵਿੱਚ ਚਲੇ ਜਾਂਦੇ ਹੈ, ਬਰਮ ਦੇ ਵਿੱਚ ਜਾਂਦੇ ਹੈ, ਤਿਰਕੁਟੀ ਦੇ ਰਹਿਣ ਵਾਲਾ ਹੈ, ਫਿਰ ਇਹ ਵੀ ਥਿਰ ਹੋ ਜਾਂਦਾ, ਇਹ ਭਟਕਣਾ ਛੱਡ ਜਾਂਦਾ। ਇਹ ਉਤਨਾ ਚਿਰ ਹੀ ਭਟਕਦਾ ਹੈ ਜਿੰਨਾ ਚਿਕਰ ਆਪਣੇ ਘਰ ਤੋਂ ਇਹ ਬੇਘਰ ਹੈ। ਪਾਗਲ ਨੂੰ ਆਪਾਂ ਜਿੰਨਾ ਮਰਜ਼ੀ ਹੈ ਬਾਤ ਸਮਝਾਈਏ, ਉਹ ਕਦੇ ਵੀ ਸਮਝੇਗਾ ਨਹੀਂ। ਜੇ ਉਸ ਨੂੰ ਉਹਦੇ ਘਰ ਲਿਆਈਏ ਥੋੜ੍ਹਾ ਬਹੁਤਾ ਚਿਰ ਤਾਂ ਉਹ ਅਸ਼ਾਂਤ ਜਾਂ ਇੱਧਰ ਉੱਧਰ ਦੇਖੇਗਾ, ਫਿਰ ਹੌਲੀ ਹੌਲੀ ਉਸ ਘਰ ਦੇ ਅੰਦਰ ਕੋਈ ਸਮਾਨ ਵੀ ਪਿਆ ਹੁੰਦਾ ਉਹਦਾ ਆਖਰ ਉਹ ਸਮਾਨ ਕੰਨੀ ਖਿਆਲ ਹੋ ਜਾਂਦਾ ਹੈ ਵੀ ਕੀ ਸਮਾਨ ਪਿਆ ਹੈ। ਕੋਈ ਨਾ ਕੋਈ ਵਸਤੂ ਉਹ ਮੂੰਹ ਵਿੱਚ ਵੀ ਪਾਉਂਦਾ ਹੈ ਕਿ ਦੇਖੀਏ ਖੱਟੀ ਹੈ ਮਿੱਠੀ ਹੈ ਇਹਦਾ ਜ਼ਾਇਕਾ ਕੈਸਾ ਹੈ। ਉੱਥੇ ਸਾਰਾ ਸਮਾਨ ਮਿੱਠਾ ਰੱਖਿਆ ਹੁੰਦਾ ਹੈ ਕਿ ਇਹ ਉਹ ਕਿਵੇਂ ਨਾ ਕਿਵੇਂ ਖਾਵੇ, ਅਗਰ ਥੋੜ੍ਹਾ ਜਿਹਾ ਵੀ ਖਾਏਗਾ ਇਹ ਰਸ ਐਸਾ ਉਹਨੇ ਕਦੇ ਦੇਖਿਆ ਨਹੀਂ ਹੋਏਗਾ। ਤਾਂ ਫਿਰ ਮਨ ਜਿਹੜਾ ਹੈ ਉਹ ਪਾਗਲ ਜਿਹੜਾ ਹੈ, ਮਨ ਵੀ ਪਾਗਲਾਂ ਦੀ ਤਰ੍ਹਾਂ ਦੌੜਿਆ ਫਿਰਦਾ ਹੈ, ਉਹ ਥਿਰ ਹੋ ਜਾਂਦਾ ਹੈ। ਭਾਵੇਂ ਦੁਨੀਆ ਦੇ ਬਾਹਰ ਜਿੰਨੇ ਮਰਜ਼ੀ ਕੋਈ ਰਸ ਕਸ ਦੇ ਦੇਵੇ ਉਹ ਕਦੇ ਵੀ ਡੋਲੇਗਾ ਨਹੀਂ, ਬਾਹਰ ਨਹੀਂ ਜਾਏਗਾ ਜੀ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਕਰ ਅੰਮ੍ਰਿਤ ਕਟ ਮਾਹੀ ਜੀਓ। ਜਿੰਨੇ ਵੀ ਅਸੀਂ ਆਪਦੇ ਘਰ ਤੋਂ ਦੂਰ ਜਾਂਦੇ ਹਾਂ ਉਹਨੇ ਕਸ਼ਟ ਹੀ ਕਸ਼ਟ ਹੈ, ਮੁਸੀਬਤਾਂ ਹੀ ਮੁਸੀਬਤਾਂ ਹੁੰਦੀਆਂ ਹੈ। ਲੋਕਾਂ ਨੇ ਬਾਹਰ ਖੋਜਣ ਦੀ ਕੋਈ ਕਸਰ ਨਹੀਂ ਛੱਡੀ ਹੁੰਦੀ, ਕਿੱਥੇ ਅਰਬ ਦੇ ਅੰਦਰ ਮੱਕਾ ਹੈ, ਰੇਗਿਸਤਾਨ ਹੈ, ਸਾਰੇ ਅਸੀਂ ਉੱਥੇ ਜਿਹੜੇ ਜਾਂਦੇ ਹੈ ਲੋਕ ਉਹ ਸਾਰੇ ਉਸ ਪਰਮਾਤਮਾ ਦੀ ਖੋਜ ਵਿੱਚ ਹੀ ਜਾਂਦੇ ਹੈ। ਕਿਹਦਾ ਦਿਲ ਕਰਦਾ ਕਿ ਅਸੀਂ ਇਤਨੇ ਪੈਸੇ ਲਾਈਏ? ਜਗਨਨਾਥ ਜਾਂਦੇ ਹੈ ਉੱਥੇ ਵੀ ਅਸੀਂ ਕਿਸ ਤਰ੍ਹਾਂ
ਬਰਫੀਲੀ ਜਗ੍ਹਾ ਵਿੱਚ ਜਾਂਦੇ ਹਾਂ, ਕਾਹਦੇ ਵਾਸਤੇ ਵੀ ਉਹ ਪਰਮਾਤਮਾ ਦੀ ਖੋਜ ਵਾਸਤੇ ਜਾਂਦੇ ਹਾਂ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਅਸੀਂ ਲੋਕ ਖੋਜ ਨਹੀਂ ਕਰਦੇ, ਜਾਂਦੇ ਨਹੀਂ ਗੇ। ਸੱਚਾਈ ਇਹ ਹੈ, ਅਗਰ ਉਹ ਜਗ੍ਹਾ ਸਾਨੂੰ ਇਹ ਵਸਤੂ ਨਾਮ ਦੀ ਮਿਲਦੀ, ਸਾਨੂੰ ਸ਼ਾਂਤੀ ਆਉਣੀ ਹੁੰਦੀ ਹੈ। ਜਿਹੜੇ ਉੱਥੇ ਪੁਜਾਰੀ ਰਹਿੰਦੇ ਹੈ, ਤੁਸੀਂ ਸੋਚ ਕੇ ਦੇਖ ਲਓ, ਠੰਡੇ ਦਿਲ ਨਾਲ, ਮੈਨੂੰ ਜਾਣ ਦਾ ਹਰ ਜਗ੍ਹਾ ਮੌਕਾ ਮਿਲਿਆ ਹੈ। ਸਿਰਫ ਉਹ ਲੋਕਾਂ ਨੂੰ ਹੀ ਕਹਿੰਦੇ ਹੈ ਪਰਮਾਤਮਾ ਦੀਆਂ ਗੱਲਾਂ, ਲੇਕਿਨ ਖੁਦ ਪਰਮਾਤਮਾ ਤੋਂ ਦੂਰ ਹੈ, ਖੁਦ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ। ਅਗਰ ਪੁਜਾਰੀਆਂ ਨੂੰ ਸ਼ਾਂਤੀ ਹੋਵੇ, ਭਾਈਆਂ ਨੂੰ ਹੋਵੇ, ਪਾਦਰੀਆਂ ਨੂੰ ਹੋਵੇ, ਮੁੱਲਾਂ ਨੂੰ ਹੋਵੇ, ਅੱਜ ਕਿਉਂ ਲੋਕ ਲੜਨ? ਇੱਕ ਦੂਸਰੇ ਦੇ ਖੂਨ ਦੇ ਪਿਆਸੇ ਕਿਉਂ ਹੋਣ? ਸਾਰੇ ਸੰਸਾਰ ਵਿੱਚ ਉਹ ਪ੍ਰਭੂ ਦੀ ਪੂਜਾ ਹੋਵੇ, ਪ੍ਰਭੂ ਦੀ ਭਗਤੀ ਹੋਵੇ, ਸਭ ਦਾ ਪਿਆਰ ਹੋਵੇ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਬਾਹਰ ਢੂੰਡਤ, ਜਿੰਨੇ ਵੀ ਅਸੀਂ ਬਾਹਰ ਢੂੰਡਣਗੇ, ਉਹਨੇ ਜਿਹੜੇ ਸਰੀਰ ਤੇ ਕਸ਼ਟ ਚੱਲੇ ਉਹ ਤਾਂ ਚੱਲੇ ਹੀ, ਲੇਕਿਨ ਜਿਹੜੀ ਆਤਮਾ ਵਿੱਚ ਬੇਚੈਨੀ ਹੋਈ ਉਹ ਅਲੱਗ ਹੋ ਗਈ। ਗੁਰੂ ਨਾਨਕ ਕਹਿੰਦੇ, ਜੇਤਾ ਪੜਿਆ ਤੇਤਾ ਕੜਿਆ, ਬਹੁ ਤੀਰਥ ਪਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋਭੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪੈਰਾ ਐਨਿਸ ਕਹਿਰੈ, ਮੋਨ ਬਗੁੱਤਾ ਕਿਉਂ ਜਾਗਾ ਗੁਰਬਿਨ ਸੁੱਤਾ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਕਰੇ ਅੰਮ੍ਰਿਤ ਘਟ ਮਾਹੀ ਜੀਓ, ਆਵੇ ਗੁਣ ਛੋੜ ਗੁਣਾ ਕੋ ਤਾਵੋ, ਕਰੇ ਆਵੇ ਗੁਣ ਪਛਤਾਹੀ ਜੀਓ। ਕੀ ਕਰੋ, ਗੁਣ ਗ੍ਰਹਿਣ ਦੀ ਆਦਤ ਪਾਓ। ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਅਗਰ ਸਾਨੂੰ ਗੁਣ ਗ੍ਰਹਿਣ ਦੀ ਆਦਤ ਪੈ ਜਾਵੇ ਤਾਂ ਅਸੀਂ ਕਿਸੇ ਦੀ ਨਿੰਦਿਆ, ਜੈਸੇ ਮੈਂ ਉੱਪਰ ਦੱਸ ਕੇ ਆਇਆ ਸੀ ਕਿ ਮੈਨੂੰ ਆਦਤ ਸੀ, ਮੈਂ ਜਿਸ ਥਾਂ 'ਤੇ ਵੀ ਗਿਆ ਮੈਂ ਉਹਦੀ ਨਿੰਦਿਆ ਨਹੀਂ ਕੀਤੀ। ਇਹ ਗੁਣ ਗ੍ਰਹਿਣ ਦੀ ਜਦੋਂ ਆਦਤ ਪੈ ਜਾਂਦੀ ਹੈ, ਸਮਝ ਲਓ ਵੀ ਇਹ ਸਾਡਾ ਰਸਤਾ ਜਿਹੜਾ ਚੱਲ ਪਿਆ ਹੈ, ਸਾਡੀ ਸੜਕ ਸਾਫ਼ ਹੋ ਰਹੀ ਹੈ। ਅਸੀਂ ਪਾਪਾਂ ਦੀ ਨਗਰੀ ਵਿੱਚ ਆਏ ਹਾਂ, ਦੁੱਖਾਂ ਦੀ ਨਗਰੀ ਵਿੱਚ ਆਏ ਹਾਂ, ਅਸ਼ਾਂਤੀ ਨਗਰੀ ਦੇ ਵਿੱਚ ਆਏ ਹਾਂ। ਇੱਥੇ ਕੋਈ ਹੱਥ ਦੇ ਵਿੱਚ ਕੋਲਾ ਲੈ ਕੇ ਇਹ ਕਵੇ ਕਿ ਮੈਂ ਹੱਥ ਕਾਲਾ ਨਹੀਂ ਹੋਣ ਦੇਵੇਗਾ, ਜਦ ਇਹਨੂੰ ਮਹਾਤਮਾ ਨੇ ਨਗਰੀ ਦੁੱਖਾਂ ਦੀ ਕਿਹਾ ਹੈ। ਗੁਰੂ ਨਾਨਕ ਕਹਿੰਦੇ, ਸਾਰੀ ਦੁਨੀਆ ਦੁਖੀ ਹੈ, ਮੈਂ ਕਿਹਦਾ ਨਾਂ ਲਵਾਂ? ਇੱਥੇ ਅਸੀਂ ਕਿਸ ਤਰ੍ਹਾਂ ਸੌਖੇ ਹੋ ਸਕਦੇ ਹਾਂ? ਇਹ ਕਿਉਂ ਸਾਨੂੰ ਦੁੱਖ ਮਿਲਦੇ ਹੈ? ਸਾਡੇ ਆਪਣੇ ਕਰਮਾਂ ਦੇ ਹੈ। ਪਰਮਾਤਮਾ ਦਾ ਤਾਂ ਕਿਸੇ ਨਾਲ ਕੋਈ ਵੈਰ ਨਹੀਂ ਗਾ, ਉਹਦੀ ਕੋਈ ਦੁਬਧਾ ਨਹੀਂ ਗੀ, ਲੇਕਿਨ ਸਾਡੇ ਆਪਣੇ ਕਰਮਾਂ ਦੇ ਦੁੱਖ ਹੈ ਜਿਹੜੇ ਸਾਨੂੰ ਭੋਗਣੇ ਪੈਂਦੇ ਹੈ। ਇੱਕੋ ਹੀ ਸਾਧਨਾ ਇਹਨਾਂ ਤੋਂ ਬਚਣ ਦਾ, ਕਰ ਅਵਗੁਣ ਪਛਤਾਹੀ ਜੀ ਆ। ਪਛਤਾਵਾ ਅਸੀਂ ਕਦੋਂ ਕਰਦੇ ਹਾਂ? ਮੂੰਹ ਨਾ ਕਹਿ ਲਈਏ ਅੰਦਰ ਨਹੀਂ ਮੰਨਦਾ ਗਾ, ਮੂੰਹ ਨਾ ਕਹਿ ਲੈਂਦੇ ਹਾਂ ਅੰਦਰ ਨਹੀਂ ਮੰਨਦਾ ਗਾ, ਇਹ ਉਦੋਂ ਮੰਨਦਾ ਹੈ ਜਦੋਂ ਅਸੀਂ ਸ਼ਬਦ ਦੇ ਨਾਲ ਮਨ ਮਹੀਨ ਕਰ ਲੀਜੀਏ, ਜਦ ਪੀ ਲਾਗੇ ਹੱਥ। ਪਲਟੂ ਸਾਹਿਬ ਨੇ ਕਿਹਾ, ਜਦ ਅਸੀਂ ਮਨ ਨੂੰ ਮਹੀਨ ਪੀਸ ਕੇ ਸਿਮਰਨ ਦੇ ਨਾਲ, ਫਿਰ ਅੰਦਰੋਂ ਇਹ ਅਰਦਾਸ ਕਰਦਾ ਕਿ ਮੈਂ ਵਾਕਈ ਪਾਪ ਕੀਤੇ। ਤੁਸੀਂ ਸੰਤਾਂ ਦੀਆਂ ਬਾਣੀਆਂ ਪੜ੍ਹ ਕੇ ਦੇਖ ਲਓ, ਗੁਰੂ ਸਾਹਿਬ ਕਹਿੰਦੇ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛੋੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੁਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣੇ ਗੁਰੂ ਸੰਗਤ, ਤੈ ਮਿਲਤ ਜਮ ਤਰਾਸ ਮਿਟਾਈ। ਇਹ ਜਿਹੜੇ ਪੰਡਿਤ ਸਨ ਪਾਠ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਇਹ ਉਸ ਜਵਾਨੇ ਦੇ ਅੱਛੇ ਪੜ੍ਹੇ ਲਿਖੇ ਪੰਡਿਤ ਸਨ ਕਾਂਸੀ ਦੇ। ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੰਗਤ ਵਿੱਚ ਆਏ, ਫਿਰ ਉਹਨਾਂ ਨੇ ਕਿਹਾ, ਵਰਸ ਏਕ ਹੋ ਫਿਰੇ ਕਿਨੇ ਨਾ ਪਰਚਾ ਲਾਏ। ਉਹ ਜਿਹੜੀ ਉਹਨਾਂ ਨੇ ਖੋਜ ਸੀ ਉਹ ਸਾਰੀ ਦੱਸੀ, ਕਿਸ ਤਰ੍ਹਾਂ ਅਸੀਂ ਇੱਕ ਸਾਲ ਫਲਾਣੇ ਥਾਂ ਅਸੀਂ ਲਾਇਆ, ਕਿਸੇ ਨੇ ਸਾਨੂੰ ਅੰਦਰ ਦਾ ਪਰਚਾ ਨਾ ਦਿੱਤਾ। ਸੰਨਿਆਸੀ ਤਪੱਸ਼ੀ ਮੁੱਖੋ ਇਹ ਪੰਡਿਤ ਮਿੱਠੇ,
वो कह लगे लोग बड़े मुंह दे पुजारी मिठे है, इन्हां नूं भी मिले। पर खोजदे कहण लगे सी तेरी शरण विच आए। उत्थे आके कहा सी औगुणां दे भरे हैं, साडे विच एक भी गुण नहीं गा। असी जो नाम दा अमर सीगा वह छड़ दिता, विषयां दा रस पीता। तेरी उत्तम संगत सुनी भी तेरी संगत ही उधार हो सकदा, असी तां तेरे पास आए हैं। हे गुरु रामदास, सानू अपनी शरण विच रख। सच्चा पछतावा उस वेले ही हुंदा है जदों असी पूरे संत पास जाने, साडे जिहड़े पाप उह कंब उठते हैं। सो इस वास्ते आप कहेंगे तुसी अवगुण पछताही जीओ, तो संत सानू माफी दवाउण वास्ते आउंदे है। मैं सदा ही दसदा हुंदा कि उहनां दा काम ही माफी दवाउणा है। वह साडी आत्मा नू भजन सिमरन दे जरिए अंदर ले जाते हैं, आखरो मालिक दे अगे खड़ा करते हैं कि तेरा बालक ही भुल गया सीगा, अगे वास्ते यह माफ़ी मंगण वास्ते आया है। उहदा दरबार रहमत दा है। लेकिन इत्थे असी की करते हैं, कई दफा असी बाहरों माफ़ी भी मंग लैंदे हैं कि जी महाराज माफ़ी दिओ, हुण उहनां कोल तां माफ़ी है, लेकिन असी अंदरों नहीं मंगी, उही कर्म फिर करन लग जाने हैं। तो अंदर कहण की जरूरत ही नहीं, गुरु ही कहता है कि हुण माफी मंगण आया है जी। आवे गुण छोड़ गुणा को तावो, करे आवे गुण पछताही जियो, सारे आप सारे की सार न जाने, फिर कीच बुढ़ाही जियो। असी जो कर्म करते हैं असी कहने कौन देखता है, परमात्मा तो किसी पासे सुता पिया है या वो है ही नहीं गा, बुआ पेड़िया कर्म कर लिया। लेकिन ये नहीं पता कि वो हर जगह देखता है, सर अफसर की सार न जाने, फिर कीच बड़ा ही जियो। फिर वो चिक्कड़ दे विच, पापा दे चिक्कड़ विच फिर गिरते हैं। लेकिन कोई ऐसी ताकत है, गुप्त हथ है, गुप्त अख है कि जिहड़ी साडे पुन भी लिखदी है, पाप भी लिखी जाती है। पापा का बदला की है, पापा का नाम की है भाई, तंदुरुस्त चंगे घर विच आना, चंगा दिमाग होना। तो पापा की सजा की है, अच्छा दिमाग ना रहना, गरीब घर विच पैदा होना, बुद्धि ठीक ना होनी, बीमार रहना, ये प्यारे हो पापा की सजा है। हुण असीं इह सारियां ही भोगदे हां, तां ते कोई है ताकत। तो संत कहिंदे आ कि तुसीं अखां ना देखो, वह ताकत तुहाडे अंदर भी है, वह तुहाडे अंदर ही बैठी देख रही है भी तुसीं किड्डे क महात्मा हो, किन्ने क तुसीं चोर हो, किन्ने क भले मानस हो। असीं बाहर धोखा दे लैंदे लोकां नूं, लेकिन जिहड़ा साडे अंदर बैठा वह धोखा नहीं खांदा गा जी। सारे आप सारे की सार न जाने, फिर कीच बुढ़ाही जियो, अंतर मैल लोभ बहु झूठे, बाहर नावो काही जियो। अंदर विषय बकारां दी मैल है, लोभ दी मैल है, चुगली निंदिया दी मैल है, इहदा नहाउण दा उपराला की करदे हैं, बाहर तीर्थां ते जाने हैं कि साडी मैल लै जावे। गुरु नानक कहिंदे आ पाप या तां काम देखिआं करदे हैं, या क्रोध देखिआं, या लोभ मोह हंकार देखिआं, फिर नहा के तीर्थ दे उत्ते कह दिंदे सारे उतर गए, फिर बस्ती दे अंदर आके कमाउंदे हैं। पाप करे पंचां के वसरे, तीर्थ नहाए कहे सब उतरे, फिर कमावै बौर नसंक, जम पर बाद खड़े का लंक। कतल करके चोरी करके उन्ना चिकर तां बंदा कहिंदा है कि कोई पुलिस नहीं गी, लेकिन थोड़े चिर बाद वो पुलिस दे हिरासत दे विच आ जांदा है, जो नशा है सारा ही उड़ जांदा है। ते बड़ा औखी घाटी हुंदी है जदों हर एक का
ਧਰਮਰਾਜ ਦੇ ਘਰੇ ਜਾ ਕੇ ਅਸਾਬ ਹੁੰਦਾ ਹੈ, ਬੜੀ ਦੁੱਖਾਂ ਭਰੀ ਘੜੀ ਹੁੰਦੀ ਹੈ। ਜੀਵ ਨੂੰ ਮੌਤ ਦੇ ਬਾਅਦ ਬੜੇ ਹੀ ਖੰਡੇ ਵਰਗੀ ਧਾਰ ਵਰਗੇ ਰਸਤੇ ਤੇ ਚੱਲਣਾ ਪੈਂਦਾ ਹੈ, ਉੱਥੇ ਰੰਗ ਉਤਰ ਜਾਂਦੇ ਹੈ ਜੀ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ, ਨਿਰਮਲ ਨਾਮ ਜਪੋ ਸਾਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਸੰਤਾਂ ਦੀ ਬਾਣੀ ਸਿਰਫ ਇਹ ਨਹੀਂ ਕਿ ਸਵਾਲ ਹੈ, ਖੁਦ ਹੀ ਜਵਾਬ ਦਿੰਦੇ ਹੈ। ਉੱਪਰ ਦੱਸਿਆ ਕਿ ਨਾ ਤਾਂ ਬਾਹਰਲਾ ਕੋਈ ਭੇਖ ਧਾਰ ਨਾਲ ਉਹ ਪਰਮਾਤਮਾ ਮਿਲਦਾ ਹੈ, ਨਾ ਬਾਹਰਲੇ ਕੋਈ ਰੀਤੀ ਰਿਵਾਜ ਨਾਲ ਮਿਲਦਾ ਹੈ। ਕੋਈ ਪਾਣੀ ਸਾਡੇ ਪਾਪਾਂ ਦੀ ਮੈਲ ਨਹੀਂ ਲਾ ਸਕਦਾ, ਸਿਰਫ ਜਿਸਮ ਦੀ ਲਾ ਸਕਦਾ ਹੈ। ਹੁਣ ਆਪ ਪਿਆਰ ਨਾਲ ਕਹਿੰਦੇ ਆ, ਨਿਰਮਲ ਨਾਮ ਜਪੋ ਸਤ ਗੁਰਮੁਖ, ਅਗਰ ਇਹ ਤੁਸੀਂ ਆਪਦੇ ਅੰਦਰ ਦੀ ਮੈਲ ਲਾਉਣੀ ਚਾਹੁੰਦੇ ਹੋ, ਤਾਂ ਗੁਰਮੁਖਾਂ ਦਾ ਨਾਮ ਨਿਰਮਲ ਹੈ, ਨਾ ਮੈਲ ਰਹਿਣ ਨਹੀਂ ਦਿੰਦਾ ਗਾ, ਬਲਕਿ ਉਹ ਮੈਲ ਨੂੰ ਦੂਰ ਕਰਦਾ ਹੈ। ਤਾਂ ਆਪ ਕਹਿਣ ਲੱਗੇ, ਉਹ ਗੁਰਮੁਖਾਂ ਦਾ ਨਾਮ ਹੈ, ਉਹ ਜਪੋ, ਉਹਦੇ ਨਾਲ ਤੁਹਾਡੀ ਜਿਹੜੀ ਅੰਦਰ ਦੀ ਪਾਪਾਂ ਦੀ ਮੈਲ ਹੈ, ਜੰਮਣ ਮਰਨ ਦੀ ਮੈਲ ਹੈ, ਉਹ ਸਾਰੀ ਨਿਕਲ ਜਾਏਗੀ। ਇਹ ਹੈ ਪਾਪਾਂ ਦੀ ਮੈਲ ਲਾਉਣ ਦਾ ਇਲਾਜ। ਅੱਜ ਤਾਈਂ ਚਾਹੇ ਸਤਯੁਗ ਹੈ, ਚਾਹੇ ਤ੍ਰੇਤਾ ਹੈ, ਚਾਹੇ ਦੁਆਪਰ ਹੈ, ਹਰ ਯੁੱਗ ਦੇ ਅੰਦਰ ਨਾਮ ਤੋਂ ਹੀ ਮੁਕਤੀ ਮਹਾਤਮਾ ਨੇ ਮੰਨੀ ਹੈ। ਸਤਯੁਗ, ਤ੍ਰੇਤਾ ਜਾਪ ਦੁਆਪੁਰੀ, ਕਲਯੁਗ ਪੂਜਾ ਚਾਰ, ਤੀਨੋ ਯੁਗ ਤੀਨੋ ਦੜ, ਕਲ ਕੇਵਲ ਨਾਮ ਉਧਾਰ ਜੀ। ਨਿਰਮਲ ਨਾਮ ਜਪੋ ਸਾਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਆਪਣੀ ਦਸਾਂ ਨਹੁੰਆਂ ਦੀ ਕਿਰਤ ਕਰਕੇ ਆਪਣਾ ਪੇਟ ਪਾਲੋ, ਕਿਸੇ ਦੇ ਧਨ ਤੇ ਅੱਖ ਨਾ ਰੱਖੋ, ਨਿੰਦਿਆ ਕਰਨੀ ਛੱਡ ਦਿਓ, ਝੂਠ ਬੋਲਣਾ ਛੱਡ ਦਿਓ। ਜੋ ਰਸਤਾ ਸੰਤ ਸਤਿਗੁਰੂ ਸਾਨੂੰ ਨਾਮਦਾਨ ਦੇ ਵਕਤ ਦੱਸਦੇ ਆ, ਉਸ ਤੇ ਚੱਲੋ ਜੀ। ਪਾਰੇ ਹਾਰੇ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਪਾਵੇ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਇਹਨਾਂ ਕੁਛ ਕਰਕੇ ਵੀ ਸ਼ਬਦ ਨਾਮ ਦੀ ਕਮਾਈ, ਫਿਰ ਵੀ ਕਿੰਨੀ ਨਿਮਰਤਾ ਗੁਰੂਆਂ ਨੇ ਬਿਆਨ ਕੀਤੀ ਹੈ, ਜਿਉਂ ਭਾਵੇ। ਮੈਂ ਸ਼ੁਰੂ 'ਚ ਹੀ ਕਿਹਾ ਸੀਗਾ ਕਿ ਐਸੇ ਗੁਰਮੁਖ ਆਪਣੇ ਗੁਰੂ ਅੱਗੇ ਇਹੀ ਅਰਦਾਸ ਕਰਦੇ ਹੈ ਕਿ ਅਸੀਂ ਅਬੋਧ ਬਾਲਕ ਹੈ, ਅਸੀਂ ਬੇਸਹਾਰਾ ਹੈ, ਤੂੰ ਸਾਨੂੰ ਆਪਦੇ ਦਰ ਤੋਂ ਠੁਕਰਾਈ ਨਾ। ਇਹ ਪਰਮਾਤਮਾ ਕਿਰਪਾਲ, ਤੂੰ ਇਹਦੇ ਹੱਥ 'ਚ ਸਾਡੀ ਲਾਜ ਹੈ, ਤੂੰ ਸਾਡੀ ਲਾਜ ਰੱਖ। ਇਸ ਵਾਸਤੇ ਜਦੋਂ ਇਹ ਸੱਚੇ ਦਿਲੋਂ ਦੇ ਅੱਗੇ ਫਰਿਆਦ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਉਹਨੂੰ ਆਪਦੇ ਬਿਰ ਦੀ ਲਾਜ ਹੈ। ਮੈਂ ਸੁਣਿਆ ਹੈ ਕਿ ਤੂੰ ਸਮਰੱਥ ਹੈ, ਤੂੰ ਦੁਖੀਆਂ ਦੇ ਉੱਤੇ ਦਇਆ ਕਰਦਾ ਹੈ, ਤੂੰ ਮੇਰੇ ਜਿੱਡਾ ਦੁਖੀ ਕੌਣ ਹੈ, ਤੂੰ ਮੇਰੇ 'ਤੇ ਦਇਆ ਕਰ। ਸੋ ਇਸ ਵਾਸਤੇ ਗੁਰੂ ਨਾਨਕ ਨੇ ਵੀ ਕਿਹਾ, ਜਿਉਂ ਭਾਵਾ ਤਿਉਂ, ਤੈਨੂੰ ਜਿਸ ਤਰ੍ਹਾਂ ਪਾਉਂਦਾ ਹੈ, ਮੈਨੂੰ ਆਪਣੀ ਸ਼ਰਨ ਵਿੱਚ ਰੱਖ, ਆਪਦੀ ਭਗਤੀ ਵਿੱਚ ਲਾਈ ਰੱਖ। ਸਭ ਕੁਛ ਕਰ ਕਰਾ ਕੇ ਵੀ ਮਹਾਤਮਾ ਨੇ ਦਮ ਨਹੀਂ ਮਾਰਿਆ, ਫਿਰ ਵੀ ਉਹ ਕਹਿੰਦੇ ਹੈ ਕਿ ਸਾਨੂੰ ਤੇਰੇ ਦਰਸ਼ਨਾਂ ਦੀ ਤਾਂਘ ਹੈ, ਤੇਰੇ ਦਰਸ਼ਨਾਂ ਦੇ ਸਹਾਰੇ ਬੈਠੇ ਹੈ ਕਿ ਤੂੰ ਜ਼ਰੂਰ ਦਰਸ਼ਨ ਦੇਵੇਂਗਾ, ਸਾਡਾ ਤੇਰੇ 'ਤੇ ਜ਼ੋਰ ਨਹੀਂ ਗਾ। ਮੈਂ ਇੱਕ ਭਜਨ ਵਿੱਚ ਸ਼ੁਰੂ 'ਚ ਮਹਾਰਾਜ ਕਿਰਪਾਲ ਦੇ ਅੱਗੇ ਬੋਲਿਆ ਸੀ, ਤੇਰੇ ਉੱਤੇ ਗੁਰੂ ਮੇਰਾ ਰਾਈ ਰਤੀ ਜ਼ੋਰ ਨਾ, ਤੇਰੇ ਬਾਝ ਦੁਨੀਆਂ 'ਤੇ ਮੇਰਾ ਕੋਈ ਹੋਰ ਨਾ। ਲੇਕਿਨ ਫਿਰ ਵੀ ਉਹਨੇ ਮੇਰਾ ਦਿਲ ਨਹੀਂ ਤੋੜਿਆ ਸੀ, ਉਹ ਕਹਿੰਦਾ ਨਹੀਂ ਇਉਂ ਨਾ ਕਹਿ। ਜਿੱਥੇ ਗੁਰੂ ਸ਼ਿਸ਼ 'ਤੇ ਜ਼ੋਰ ਰੱਖਦਾ ਹੈ,
ਤੇ ਸ਼ਿਸ਼ ਨੂੰ ਵੀ ਆਪਦੇ ਗੁਰੂ ਤੇ ਮਾਣ ਹੋਣਾ ਚਾਹੀਦਾ ਹੈ ਕਿ ਮੇਰਾ ਗੁਰੂ ਪੂਰਾ ਹੈ, ਮੇਰਾ ਗੁਰੂ ਰਹਿਮ ਦਾ ਸਮੁੰਦਰ ਹੈ, ਮੇਰਾ ਗੁਰੂ ਦਇਆ ਕਰਨ ਵਾਲਾ ਹੈ ਤੇ ਭੁੱਖੇ ਨੂੰ ਰੋਜੀ ਦਿੰਦਾ ਹੈ, ਇਹ ਗਰੀਬ ਨਿਵਾਜ਼ ਹੈ ਤੇ ਮੈਨੂੰ ਜ਼ਰੂਰ ਦਰਸ਼ਨ ਦੇਵੇਗਾ। ਸੋ ਇਸ ਵਾਸਤੇ ਗੁਰੂ ਨਾਨਕ ਨੇ ਆਖਰ ਆ ਕੇ ਸਾਨੂੰ ਪਿਆਰ ਨਾਲ ਕਿਹਾ ਕਿ ਤੈਨੂੰ ਜਿਸ ਤਰ੍ਹਾਂ ਪਾਵੇ ਤੂੰ ਮੈਨੂੰ ਉਸ ਤਰ੍ਹਾਂ ਰੱਖ ਲੈ, ਤੇਰੀ ਮਰਜ਼ੀ ਹੈ ਕਾ ਖੁਦਾ, ਤੇਰੀ ਮਰਜ਼ੀ ਹੈ ਰਾਜ ਕਰਾ, ਮੇਰਾ ਇਹਦੇ ਵਿੱਚ ਕੀ ਹੈ, ਅਗਰ ਔਖਾ ਹੈ ਤਾਂ ਵੀ ਤੇਰਾ ਹੀ ਚੇਲਾ ਹੈ, ਸੌਖਾ ਹੈ ਤਾਂ ਵੀ ਤੇਰਾ ਹੀ ਚੇਲਾ ਹੈ। ਸੋ ਸਾਨੂੰ ਵੀ ਚਾਹੀਦਾ ਜਿਸ ਤਰ੍ਹਾਂ ਗੁਰੂ ਨਾਨਕ ਨੇ ਕਿਹਾ ਹੈ, ਅਸੀਂ ਵੀ ਆਪਣੇ ਗੁਰੂ ਦੇਵ ਤੇ ਉਹ ਪਿਆਰੇ ਤੇ ਜਿਹਨੇ ਸਾਡੇ ਤੇ ਰਹਿਮ ਕੀਤਾ ਹੈ ਉਸ ਤੇ ਭਰੋਸਾ ਲਿਆਈਏ, ਉਹਦੇ ਦਿੱਤਾ ਹੋਇਆ ਨਾਮ ਜਪੀਏ, ਇਹੀ ਅਰਦਾਸ ਕਰੀਏ ਕਿ ਤੂੰ ਸਾਨੂੰ ਆਪਦੇ ਚਰਨਾਂ ਵਿੱਚ ਜਗ੍ਹਾ ਦੇ, ਆਪਦੇ ਚਰਨਾਂ ਵਿੱਚ ਸਾਨੂੰ ਲਾਈ ਰੱਖ, ਦੁਨੀਆ ਵਿਸਰ ਜਾਵੇ ਪਰ ਤੇਰੇ ਚਰਨ ਵਿਸਰਨ। ਸੋ ਸਾਨੂੰ ਵੀ ਚਾਹੀਦਾ ਕਿ ਆਪਦਾ ਜੀਵਨ ਹੈ ਜਿਹੜਾ ਇਹ ਸੁਖਲ ਬਣਾਈਏ।